जस्ट वी देख रहे तुसी, मैं केपी सिंह टू द पॉइंट वे तुहाडा सब दा स्वागत करदा। साडी कोशिश हुंदी है कि असीं तुहानूं अवेयर कर सकीए जिहड़ियां इस वक्त महामारियां बीमारियां साडे ते भारू पै रहियां। असीं तुहानूं डराना नहीं रहेंगे, कदे भी नहीं डराउंदेगे। असीं वार वार इह गल कहिंदे आ, साडा काम है तुहानूं अवेयर करना, ते मैडिकल साइंस दा काम है तुहाडा इलाज करना ते तुहानूं दसना, तुहानूं जागरूक करना। इह मैडिकल साइंस दा सारा काम है। कोरोना काल दे विचाले इक ब्लैक फंगस दा जिक्र हो रहा है। ब्लैक फंगस के जिक्र के नाल वाइट फंगस का जिक्र भी हो रहा है। ये फंगस पहली बार नहीं आए, इस तो पहला भी सी, ये मैडिकल साइंस दसती है। पर हुण जिस तरीके नाल ये फंगस भारू पै रहा है, कोरोना काल के विचाले इन्हों का असर वधेरे हो रहा, मौतां हो रही, तो इस महामारी ऐलान दो, ये सरकारां कह रही। पर महामारी तो ऐलान दो, बंदोबस्त की किए हैं, कोरोना काल के विचाले किहो जिहे बंदोबस्त सी, सारे सवाल है जहन के विच, तुहाडे हर सवाल का जवाब लैण की कोशिश करांगे। जिहड़ा फंगस है ये चेहरे तो पता लगता है, बाकी डॉक्टर साडे नाल होणगे, उह तुहानूं दस देणगे। अखां तो पता लगता है, नक तो पता लगता है, मसूड़ियां तो पता लगता है, ये सारा कुछ समझ की कोशिश करांगे। जे तुहाडे च भी इहो जिहे लक्षण हैगे है, जां तुसीं वधेरे स्टेरॉयड लै रहे हो, जां कोई एंटीबायोटिक दवाइयां दा सेवन कर रहे हो, जां तुहानूं कोई होर बीमारियां हैगियां, शुगर है, जां तुसीं ऑर्गन ट्रांसप्लांट कराए, ये सारिया जे चीज़ां तुहाडे नाल जुड़ियां हुई हैं। डायबिटिक हो तुसीं, डायबिटीज़ के पेशेंट बहुत ज़्यादा, पंजाब विच भी बहुत ज़्यादा, उन्हां सारे लिए चर्चा ते ध्यान नाल सुनियो। कोरोना तो फंगस दा की करेगा इंडिया। ਵੱਡਾ ਸਵਾਲ ਇੱਕੋ ਪੁੱਛਾਂਗੇ ਇਸ ਚਰਚਾ ਵਿੱਚ, ਅਸੀਂ ਵੱਡਾ ਸਵਾਲ ਇਹ ਪੁੱਛਾਂਗੇ, ਕੋਰੋਨਾ ਕਾਲ 'ਚ ਫੰਗਸ ਤੋਂ ਬਚਾਉਣ ਲਈ ਦੇਸ਼ ਦਾ ਸਿਹਤ ਸਿਸਟਮ ਕਿੰਨਾ ਤੰਦਰੁਸਤ ਹੈ। ਇਸੇ ਸਵਾਲ 'ਤੇ ਅਸੀਂ ਚਰਚਾ ਕਰਾਂਗੇ। ਕੋਈ ਪੋਲੀਟੀਕਲ ਬਹਿਸ ਨਹੀਂ ਹੋਊਗੀ, ਸਿਰਫ ਚਰਚਾ ਹੋਵੇਗੀ। ਡਾਕਟਰ ਸਾਡੇ ਨਾਲ ਮੌਜੂਦ ਹੋਣਗੇ, ਉਹਨਾਂ ਤੋਂ ਅਸੀਂ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਹਰਸ਼ਵਰਧਨ ਪੁਰੀ ਇਹ ਦਿੱਲੀ ਤੋਂ ਸਾਡੇ ਨਾਲ ਮੌਜੂਦ ਰਹਿਣਗੇ, ਥੋਰੈਸਿਕ ਸਰਜਨ ਨੇ, ਸੀਨੀਅਰ ਕੰਸਲਟੈਂਟ ਨੇ, ਥੋਰੈਸਿਕ ਸਰਜਨ ਚੈਸਟ ਸਰਜਰੀ ਨਾਲ ਜੁੜੇ ਹੋਏ ਨੇ, ਅਤੇ ਇਸ ਵਕਤ ਮਿੰਦਾਤਾ ਮੈਡੀਸਿਟੀ ਜਿਹੜਾ ਗੁਰੂਗ੍ਰਾਮ ਵਿੱਚ ਹੈ ਉੱਥੇ ਇਹ ਕੰਮ ਕਰ ਰਹੇ ਆ, ਅਤੇ ਇਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਪਤਾ, ਅਤੇ ਉਸ ਜਗ੍ਹਾ 'ਤੇ ਬੈਠੇ ਆ ਜਿੱਥੇ ਇਸ ਵਕਤ ਕੋਰੋਨਾ ਕਾਲ ਦੇ ਵਿਚਾਲੇ ਫੰਗਸ ਦੀ ਗੱਲ ਬਹੁਤ ਜ਼ਿਆਦਾ ਹੋ ਰਹੀ ਹੈ। ਡਾਕਟਰ ਪੁਰੀ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਸਾਡੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸ਼ਿਆਮ ਸੁੰਦਰ ਦੀਪਤੀ ਪ੍ਰੋਫੈਸਰ ਨੇ ਕਮਿਊਨਿਟੀ ਮੈਡੀਸਨ ਦੇ, ਅਤੇ ਹਮੇਸ਼ਾ ਕਮਿਊਨਿਟੀ ਦੀ ਗੱਲ ਕਰਦੇ ਆ, ਬਹੁਤ ਇਹਨਾਂ ਦੇ ਆਰਟੀਕਲ ਕਿਤਾਬਾਂ ਤੁਸੀਂ ਲੋਕਾਂ ਨੇ ਪੜ੍ਹੀਆਂ ਹੋਣਗੀਆਂ, ਅਤੇ ਜਦੋਂ ਕਮਿਊਨਿਟੀ ਦੀ ਗੱਲ ਹੁੰਦੀ ਹੈ ਤਾਂ ਇਮਿਊਨਿਟੀ ਦੀ ਗੱਲ ਹੋਣੀ ਲਾਜ਼ਮੀ ਹੈ। ਇਹਦੇ ਨਾਲ ਇਮਿਊਨਿਟੀ ਦਾ ਮਸਲਾ ਵੀ ਜੁੜਿਆ ਹੋਇਆ, ਉਸ ਦੀ ਗੱਲ ਅਸੀਂ ਪਾਸੇ ਨਹੀਂ ਕਰ ਸਕਦੇ, ਇਸ ਕਰਕੇ ਡਾਕਟਰ ਦੀਪਤੀ ਨੂੰ ਹੋ ਸਕਦਾ। ਡਾਕਟਰ ਦੀਪਤੀ ਅੰਮ੍ਰਿਤਸਰ ਤੋਂ ਸਾਡੇ ਮੌਜੂਦ ਹੋਣਗੇ। ਡਾਕਟਰ ਸ਼ਿਆਮ ਸੁੰਦਰ ਦੀਪਤੀ ਸਰ, ਤੁਹਾਡਾ ਬਹੁਤ ਸਵਾਗਤ ਹੈ ਸਰ। ਡਾਕਟਰ ਬਲਵੀਰ ਸਿੰਘ ਇਹ ਆਈ ਸਪੈਸ਼ਲਿਸਟ ਨੇ, ਆਈ ਸਰਜਨ ਨੇ, ਅਤੇ ਆਈ ਐੱਮ ਏ ਨਾਲ ਜੁੜੇ ਰਹੇ ਹੈ, ਅਤੇ ਇਹਨਾਂ ਨੂੰ ਪੋਲੀਟਿਕਸ ਬਾਰੇ ਵੀ ਪਤਾ, ਅਤੇ ਇਹਨਾਂ ਨੂੰ ਮੈਡੀਕਲ ਸਾਇੰਸ ਬਾਰੇ ਵੀ ਪਤਾ, ਇਸ ਕਰਕੇ ਇਹਨੂੰ ਸੱਦਿਆ। ਅਤੇ ਡਾਕਟਰ ਬਲਵੀਰ ਸਿੰਘ ਇਹਨਾਂ ਦਾ ਤਾਰੁਫ ਕਰਦਿਆਂ ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ, ਤੁਸੀਂ ਕੰਨ ਖੋਲ੍ਹ ਕੇ ਤਾਂ ਡਿਬੇਟ ਸੁਣਦੇ ਹੋ, ਅੱਖਾਂ ਖੋਲ੍ਹ ਕੇ ਡਿਬੇਟ ਜ਼ਰੂਰ ਦੇਖਿਓ, ਕਿਉਂਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਡਾਕਟਰ ਬਲਵੀਰ ਸਿੰਘ ਸਰ, ਤੁਹਾਡਾ ਬਹੁਤ ਸਵਾਗਤ ਹੈ ਸਰ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਵਾਲ ਡਾਕਟਰ ਬਲਵੀਰ ਸਿੰਘ ਤੁਹਾਡੇ ਤੋਂ ਕਰਨਾ ਚਾਹੂੰਗਾ। ਡਾਕਟਰ ਬਲਵੀਰ ਸਿੰਘ ਸਰ, ਹੁਣ ਬਲੈਕ ਫੰਗਸ ਦਾ ਜ਼ਿਕਰ ਹੋ ਰਿਹਾ ਸਰ, ਇਸ ਤੋਂ ਪਹਿਲਾਂ ਵੀ ਬਲੈਕ ਫੰਗਸ ਦੀ ਗੱਲ ਹੁੰਦੀ ਸੀ, ਪਰ ਹੁਣ ਜਿਸ ਤਰੀਕੇ ਨਾਲ ਸਰ ਡਰਾਇਆ ਜਾ ਰਿਹਾ, ਡਰਨ ਦੀ ਲੋੜ ਹੈ? ਡਰਨ ਦੀ ਲੋੜ ਨਹੀਂ ਹੈ, ਸਾਨੂੰ ਪਤਾ ਹੋਣਾ ਚਾਹੀਦਾ ਕਿ ਬਲੈਕ ਫੰਗਸ ਇੱਕਦਮ ਐਪੀਡੈਮਿਕ ਪ੍ਰੋਪੋਰਸ਼ਨ 'ਚ ਕਿਉਂ ਆਇਆ, ਉਹਦੇ ਕਾਰਨ ਕੀ ਆ, ਉਹਨੂੰ ਸਮਝਣ ਦੀ ਲੋੜ ਹੈ ਜੀ। ਔਰ ਇਸ ਤੋਂ ਬਚਿਆ ਜਾ ਸਕਦਾ, ਜਿਸ ਤਰ੍ਹਾਂ ਕੋਰੋਨਾ ਤੋਂ 100% ਬਚਿਆ ਜਾ ਸਕਦਾ, ਲੇਕਿਨ ਉਹਦਾ ਜਿਹੜਾ ਇਲਾਜ ਹੈ ਉਹ ਮੁਸ਼ਕਿਲ ਹੈ। ਇਸੇ ਤਰ੍ਹਾਂ ਇਹ ਗੱਲ ਜ਼ਿਆਦਾ ਇੰਪੋਰਟੈਂਟ ਹੈ ਬਲੈਕ ਫੰਗਸ ਵਾਸਤੇ, ਇਹਦੀ ਰੋਕਥਾਮ ਕੀਤੀ ਜਾ ਸਕਦੀ ਹੈ, ਲੇਕਿਨ ਜਦੋਂ ਇੱਕ ਵਾਰੀ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਇਹ ਬਹੁਤ ਸੀਵੀਅਰ ਇਨਫੈਕਸ਼ਨ ਹੈ, ਔਰ ਉਸ ਤੋਂ ਬਾਅਦ ਉਹਦਾ ਜਿਹੜਾ ਇਲਾਜ ਹੈ ਉਹ ਬਹੁਤ ਜ਼ਿਆਦਾ ਮੁਸ਼ਕਿਲ ਵੀ ਹੈ, ਟੈਕਨੀਕਲੀ ਡਿਫੀਕਲਟ ਵੀ ਹੈ, ਉਹ ਕਿਉਂਕਿ ਕੋਰੋਨਾ ਦਾ ਇਲਾਜ ਤੇ ਹਰ ਛੋਟੇ ਵੱਡੇ ਸ਼ਹਿਰ 'ਚ ਹੋ ਰਿਹਾ, ਲੇਕਿਨ ਬਲੈਕ ਫੰਗਸ ਦਾ ਇਲਾਜ ਛੋਟੇ ਵੱਡੇ ਸ਼ਹਿਰ 'ਚ ਛੋਟੇ ਹਸਪਤਾਲ 'ਚ ਨਹੀਂ ਹੋ ਪਾਏਗਾ, ਕਿਉਂਕਿ ਉਹਦੇ ਵਾਸਤੇ ਇੱਕ ਡੈਡੀਕੇਟਡ ਟੀਮ ਆਫ ਡਾਕਟਰਸ ਚਾਹੀਦੀ ਹੈ। ਸੋ ਇਹ ਗੱਲ ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਉਹਦੇ ਵਿੱਚ ਮੁੱਖ ਤੌਰ ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਪਬਲਿਕ ਹੈਲਥ ਇਨਫਰਾਸਟ੍ਰਕਚਰ ਹੈ ਉਹ ਥਰੂ ਆਊਟ ਦਾ ਕੰਟਰੀ ਇਟ ਹੈਜ਼ ਮਿਜ਼ਰੇਬਲੀ ਫੇਲਡ, ਕਿ ਲੋਕਾਂ ਨੂੰ ਉਹਦੇ ਬਾਰੇ ਅਵੇਅਰਨੈਸ ਕਰਾਵੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕੋਰੋਨਾ ਆਇਆ, ਅਸੀਂ ਬਾਕੀ ਸਾਰੀਆਂ ਜਿਹੜੀਆਂ ਸਪੈਸ਼ਲਿਟੀਜ਼ ਹੈ, ਜਿੰਨੀਆਂ ਵੀ ਬਿਮਾਰੀਆਂ ਹੈਗੀਆਂ ਜਿਹੜੀਆਂ ਜਿਹਨੂੰ ਅਸੀਂ ਕੋਮੋਰਬਿਡਿਟੀਜ਼ ਕਹਿੰਦੇ ਹਾਂ, ਇੱਕ ਤਾਂ ਪਹਿਲੇ ਹੀ ਹਾਲਤ ਮਾੜੀ ਸੀ ਕਿ 10 ਦੇ ਵਿੱਚੋਂ 4 ਬੰਦਿਆਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਉਹ ਸ਼ੂਗਰ ਦੇ ਮਰੀਜ਼ ਆ, ਦਵਾਈ ਨਹੀਂ ਲੈ ਰਹੇ, ਜਿਹੜੇ ਬਾਕੀ 6 ਆ ਉਹਨਾਂ ਦੇ ਵਿੱਚੋਂ 3 ਜਾਂ 4 ਬਹੁਤ ਪੂਰਲੀ ਕੰਟਰੋਲਡ ਹੈ ਆਲਰੇਡੀ, ਮਤਲਬ ਇਹ ਸਟੇਟਸ ਸੀਗਾ। ਉਸ ਤੋਂ ਬਾਅਦ ਅਸੀਂ ਉਹ ਵਾਲੀਆਂ ਸਰਵਿਸਿਸ ਬੰਦ ਕਰ ਦਿੱਤੀਆਂ, ਤੇ ਇਸ ਕਰਕੇ ਜਿਹੜੀ ਬਲੈਕ ਫੰਗਸ ਦਾ ਐਪੀਡੈਮਿਕ ਹੈ ਇਹ ਐਜ਼ ਅ ਕੰਸੀਕੁਐਂਸ ਹੈ ਜਿਹੜਾ ਕਿ ਡਾਇਬਟੀਜ਼ ਦਾ ਸੀ,
ਔਰ ਐਕਸੈਸਿਵ ਯੂਜ਼ ਆਫ ਸਟੀਰੋਇਡਸ ਤੇ ਹੋਰ ਵੀ ਜਿਹੜੀਆਂ ਕੋਮੋਰਬਿਡਿਟੀ ਸੀ ਚਾਹੇ ਉਹ ਆਰਗਨ ਟ੍ਰਾਂਸਪਲਾਂਟ ਦੇ ਪੇਸ਼ੈਂਟ ਸੀ ਜਾਂ ਜਿਹੜੇ ਕੈਂਸਰ ਦੇ ਪੇਸ਼ੈਂਟ ਸੀ ਜਾਂ ਉਹ ਟਿਊਬਰਕੁਲੋਸਿਸ ਦੇ ਪੇਸ਼ੈਂਟ ਸੀ ਉਹ ਬਹੁਤ ਜ਼ਿਆਦਾ ਇਗਨੋਰ ਹੋਏ ਆ ਔਰ ਬਹੁਤ ਜ਼ਿਆਦਾ ਜਿਹੜਾ ਹੈਗਾ ਖਾਸ ਕਰਕੇ ਜਿਹੜੇ ਆਰ ਐਨ ਟੀ ਲੈਵਲ ਤੇ ਐਕਸੈਸਿਵ ਯੂਜ਼ ਆਫ ਸਟੀਰੋਇਡਸ ਤੇ ਜਿਹੜੀ ਇਮਿਊਨਿਟੀ ਸਟ੍ਰੈਸ ਹੋ ਗਈ ਤੇ ਹੁਣ ਜਿਸ ਤਰ੍ਹਾਂ ਰਾਜਸਥਾਨ ਨੇ ਐਪੀਡੈਮਿਕ ਡਿਕਲੇਅਰ ਕਰਤਾ ਹੈ ਪੀਜੀਆਈ ਤੋਂ ਡਾਕਟਰ ਪਾਟਲ ਦੀ ਰਿਪੋਰਟ ਹੈ 500 ਕੇਸਿਸ ਮਤਲਬ ਇਟ ਵਾਸ ਵੈਰੀ ਵੈਰੀ ਰੇਅਰ ਇਨਫੈਕਸ਼ਨ ਕਿ ਅਸੀਂ 2-4 ਸਾਲ ਬਾਅਦ ਇੱਕ ਅੱਧਾ ਪੇਸ਼ੈਂਟ ਦੇਖਦੇ ਹੁੰਦੇ ਸੀ ਜਿਹੜਾ ਡਾਇਬਟਿਕ ਟੀਕੋਸਿਸ ਵਿੱਚ ਜੀ ਨਾਓ ਦਾ ਥ੍ਰੈਟ ਇਜ਼ ਰੀਅਲ ਇਟ ਇਜ਼ ਵੈਰੀ ਸੀਰੀਅਸ ਐਂਡ ਗਵਰਨਮੈਂਟਸ ਦੇ ਨੀਡ ਟੂ ਮਤਲਬ ਟੇਕ ਆਲ ਪ੍ਰੀਵੈਂਟਿਵ ਮੈਜਰਸ ਪਲੱਸ ਮੈਡੀਸਿਨ ਦੀ ਸ਼ਾਰਟੇਜ ਆਲਰੇਡੀ ਹੋ ਗਈ ਹੈ ਜੀ ਤੇ ਇਟਸ ਵੈਰੀ ਟ੍ਰੈਜਿਕ ਕਿ ਜੇ ਕੋਰੋਨਾ ਦਾ ਆਕਸੀਜਨ ਦੀ ਸ਼ਾਰਟੇਜ ਐਂਟੀਵਾਇਰਲ ਦੀ ਸ਼ਾਰਟੇਜ ਤੇ ਹੁਣ ਐਂਟੀਫੰਗਲ ਦੀ ਸ਼ਾਰਟੇਜ ਠੀਕ ਸੋ ਕੀਪਿੰਗ ਐਵਰੀਥਿੰਗ ਇਨ ਮਾਈਂਡ ਜੋ ਸਾਡੇ ਕੰਟਰੀ ਦਾ ਹੈਲਥ ਇਨਫਰਾਸਟ੍ਰਕਚਰ ਹੈ ਉਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਅਵੇਅਰਨੈਸ ਦੀ ਔਰ ਪ੍ਰੀਵੈਂਟਿਵ ਮੈਜਰਸ ਦੀ ਬਹੁਤ ਜ਼ਿਆਦਾ ਠੀਕ ਹੈ ਸਰ ਡਾਕਟਰ ਹਪੂਰੀ ਸਰ ਇਹ ਕੋਰੋਨਾ ਵਾਂਗੂ ਲਾਗ ਵਾਲੀ ਬਿਮਾਰੀ ਹੈ ਜਾਂ ਜਿਹਦੀ ਇਮਿਊਨਿਟੀ ਕਮਜ਼ੋਰ ਹੈ ਉਹਨਾਂ ਤੇ ਅਟੈਕ ਕਰਦੀ ਹੈ ਸਰ ਇਹ ਥੋੜ੍ਹਾ ਸਮਝਾ ਦਿਓ ਡਾਕਟਰ ਪੂਰੀ देखो जी म्यूकर माइकोसिस या ब्लैक फंगस कोई नवी बीमारी नहीं है ये बीमारी असी बड़े सालों तो देखते आ रहे हैं ये उन्हां विच मेनली होंदी है जिन्हां दी इम्यूनिटी थोड़ी लोअर साइड ते होंदी है जिहड़े ऑर्गन ट्रांसप्लांट दे पेशेंट होंदे ने कीमोथेरेपी ते होंदे ने तो होया कि करोना टाइम विच की होया करोना की करदा है वह बॉडी की इम्यूनिटी नूं वैसे ही डिक्रीज करदा है दूसरी चीज़ की हुई जिहड़ी बहुत प्रॉब्लमैटिक हुई लोगों ने व्हाट्सएप फॉरवर्ड्स ते देख देख के किसी नूं अगर किसी बंदे किसी डॉक्टर ने किसी एक बंदे नूं एक दवाई दित्ती जिसमें सपोज करो उन्होंने 16 मिलीग्राम स्टीरॉयड किसी बंदे नूं दित्ते बेस्ड ऑन द सिवियरिटी ऑफ द डिजीज़ उस बंदे दी तो लोगों ने व्हाट्सएप फॉरवर्ड से वो दवाइया मंगा मंगा के तो वो खाना शुरू कीतियां जिस तरह डॉक्टर साहब ने पहला समझाया साडे कंट्री विच मास डायबिटीज़ बहुत ज़्यादा सी ਤੇ ਹੋਇਆ ਕਿ ਸਟੀਰੋਇਡ ਦੇ ਰੈਂਪੈਂਟ ਯੂਜ਼ ਕਰੋਨਾ ਦੇ ਵਧਣ ਦੇ ਕਾਰਨ ਇਹ ਅਨਮਾਸਕ ਹੋ ਗਈ ਡਾਇਬੀਟੀਜ਼ ਤੇ ਲੋਕ ਆਲਮੋਸਟ ਕੀਟੋ ਐਸੀਡੋਸਿਸ ਵਿੱਚ ਜਾਣ ਲੱਗੇ ਉਹਨਾਂ ਨੂੰ ਪਤਾ ਤਾਂ ਚੱਲ ਨਹੀਂ ਰਿਹਾ ਸੀ ਉਹ ਸਟੀਰੋਇਡ ਲੈਂਦੇ ਜਾ ਰਹੇ ਨੇ ਤੇ ਪ੍ਰੋਬਲਮ ਇਹ ਹੋਈ ਜਿਹੜੀ ਇਹ ਓਪਰਚੁਨਿਸਟਿਕ ਇਨਫੈਕਸ਼ਨਸ ਜਿਹੜੀ ਇਹ ਫੰਗਲ ਇਨਫੈਕਸ਼ਨਸ ਇਨਵਾਇਰਮੈਂਟ ਵਿੱਚ ਫੈਲੀ ਹੁੰਦੀਆਂ ਨੇ ਇਹ ਨੋਰਮਲੀ ਪ੍ਰੈਜੈਂਟ ਹੁੰਦੀਆਂ ਨੇ ਇਹਨਾਂ ਨੇ ਫੜਨਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਲੋਕ ਬਲੈਕ ਫੰਗਲਸ ਨਾਲ ਸੰਕਰਮਿਤ ਹੋਣ ਲੱਗੇ ਡਾਕਟਰ ਇਹਦੇ ਵਿੱਚ ਮੈਂ ਇਹਦੇ ਵਿੱਚ ਸਰ ਜਿਹੜਾ ਮੈਂ ਸਵਾਲ ਪੁੱਛ ਰਿਹਾ ਸੀਗਾ ਲੋਕਾਂ ਦਾ ਇਹ ਸਵਾਲ ਹੈ ਕਿ ਜਿਵੇਂ ਕਰੋਨਾ ਫੈਲਦਾ ਹੈ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ ਜੀ ਇਹ ਕਰੋ ਬਲੈਕ ਫੰਗਸ ਵੀ ਇਵੇਂ ਫੈਲਦਾ ਹੈ ਜਾਂ ਇਨਫੈਕਸ਼ਨ ਹੈ ਜਿਹਦੀ ਇਮਿਊਨਿਟੀ ਵੀਕ ਹੈ ਉਹਨੂੰ ਫੜਦਾ ਹੈ ਸਿਰਫ ਜਿਹੜਾ ਦੀ ਇਮਿਊਨਿਟੀ ਵੀਕ ਹੈ ਜਿਨ੍ਹਾਂ ਨੂੰ ਸਟੀਰੋਇਡਸ ਦਾ ਰੈਂਪੈਂਟ ਯੂਜ਼ ਹੋਇਆ ਹੈ ਜਿਨ੍ਹਾਂ ਨੇ ਘਰ ਵਿੱਚ ਆਕਸੀਜਨ ਲਈ ਹੈ ਪਰ ਆਪਣੇ ਹਿਊਮਿਡੀਫਾਇਰ ਨੂੰ ਸਾਫ਼ ਨਹੀਂ ਰੱਖਿਆ ਉਹਨਾਂ ਦਾ ਡਿਸਟਲ ਵਾਟਰ ਚੇਂਜ ਨਹੀਂ ਕੀਤਾ ਜਿਹੜਾ ਲੋਕਾਂ ਨੂੰ ਦੱਸਿਆ ਨਹੀਂ ਗਿਆ ਜਾਂ ਲੋਕਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਇਹ ਇਨਫੈਕਸ਼ਨ ਜ਼ਿਆਦਾ ਹੋ ਰਹੀ ਹੈ ਇੱਕ ਚੀਜ਼ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹਾਂਗਾ ਇਹ ਇਸ ਤਰ੍ਹਾਂ ਦੀ ਬਿਮਾਰੀ ਨਹੀਂ ਹੈ ਕਿ ਘਰ ਬੈਠੇ ਬੈਠੇ ਬੰਦੇ ਨੂੰ ਹੋਣ ਲੱਗੇਗੀ ਇਹ ਮੋਸਟਲੀ ICU ਸੈਟਿੰਗ ਵਿੱਚ ਹੁੰਦੀ ਹੈ ICU ਦਾ ਪੇਸ਼ੈਂਟ ਜਿਹੜਾ ਲੌਂਗ ਟਰਮ ਸਟੀਰੋਇਡ ਤੇ ਹੁੰਦਾ ਹੈ ਜਾਂ ਲੌਂਗ ਟਰਮ ਇਮਿਊਨੋਸਪ੍ਰੈਸਿਵ ਥੈਰੇਪੀ ਤੇ ਹੁੰਦਾ ਹੈ ਉਹਨੂੰ ਜ਼ਿਆਦਾ ਹੁੰਦੀ ਹੈ ਪਰ ਇਸਦੇ ਲੱਛਣ ਨੂੰ ਅਸੀਂ ਵਾਚ ਕਰਨਾ ਹੈ ਠੀਕ ਹੈ ਡਾਕਟਰ ਦੀਪਤੀ ਸਰ ਕਮਿਊਨਿਟੀ ਬਹੁਤ ਪਰੇਸ਼ਾਨ ਹੈ ਸਰ ਜਦੋਂ ਵੀ ਤੁਸੀਂ ਮੇਰੇ ਨਾਲ ਡਿਬੇਟ 'ਚ ਬੈਠਦੇ ਹੋ ਸਰ ਮੈਂ ਇਹੀ ਸਵਾਲ ਤੁਹਾਨੂੰ ਕਰਦਾ ਸਰ ਉਹ ਕਮਿਊਨਿਟੀ ਦੇ ਉੱਤੇ ਇਹ ਡਰ ਵਾਲਾ ਪਾਸਾ ਵਟਸਐਪ ਯੂਨੀਵਰਸਿਟੀ ਨੇ ਫਲਾਇਆ ਸਰ ਜਾਂ ਬਿਮਾਰੀਆਂ ਇੰਨੀਆਂ ਖਤਰਨਾਕ ਹੈ ਕਿ ਅਸੀਂ ਡਰੀ ਜਾਂਦੇ ਹਾਂ ਲੋਕ ਤਾਂ ਕਹਿ ਰਹੇ ਮੀਡੀਆ ਜ਼ਿਆਦਾ ਡਰਾ ਰਿਹਾ ਸਰ ਡਾਕਟਰ ਦੀਪਤੀ ਸਭ ਤੋਂ ਵੱਡੀ ਗੱਲ ਉਹੀ ਹੈ ਕਿ ਜਿਹੜੀ ਗੱਲ ਤੁਸੀਂ ਸ਼ੁਰੂ 'ਚ ਕੀਤੀ ਸੀ ਕਿ ਵੀ ਤੁਹਾਡਾ ਚੈਨਲ ਜਿਹੜਾ ਹੈਗਾ ਉਹ ਲੋਕਾਂ ਨੂੰ ਡਰਾਉਂਦਾ ਨਹੀਂ ਜਾਣਕਾਰੀ ਦਿੰਦਾ ਹੈਗਾ ਦਰਅਸਲ ਇਹ ਕੰਮ ਸਾਡੇ ਮੈਡੀਕਲ ਮਤਲਬ ਕਿ ਇਨਫਰਾਸਟ੍ਰਕਚਰ ਦਾ ਸੀਗਾ ਸਾਡੇ ਕੋਲ ਬਹੁਤ ਅਮਲਾ ਹੈਗਾ ਸਾਡੇ ਕੋਲ ANM ਹੈਗੇ ਨੇ ਆਂਗਨਵਾੜੀ ਵਰਕਰ ਹੈਗੇ ਨੇ ਸਾਡੇ ਕੋਲੋਂ ਆਸ਼ਾ ਹੈਗੀ ਹੈ ਪਰ ਅਸੀਂ ਮਤਲਬ ਕਿਤੇ ਵੀ ਲੈਵਲ ਤੇ ਉਹਨਾਂ ਦਾ ਨਾ ਇਸਤੇਮਾਲ ਕਰੋਨਾ ਵਿੱਚ ਕੀਤਾ ਨਾ ਹੀ ਇਹੋ ਜਿਹੀ ਕੋਈ ਸਥਿਤੀ ਆਉਂਦੀ ਹੈ ਤਾਂ ਕਿ ਅਸੀਂ ਅਵੇਅਰ ਕਰ ਸਕੀਏ ਬਾਕੀ ਡਾਕਟਰ ਵਰਦਨ ਕਹਿ ਰਹੇ ਨੇ ਦੇਖੋ ਤੁਸੀਂ ਇਹ ਅਸੀਂ ਸ਼ੁਰੂ ਤੋਂ ਹੀ ਮੈਂ ਗੱਲ ਕਹਿੰਦਾ ਰਿਹਾ ਵੀ ਇਹ 3 ਪੜਾਅ ਨੇ ਇੱਕ ਹੈਗਾ ਪਹਿਲਾ ਪੜਾਅ ਜਦੋਂ ਇਹ ਮਾਮੂਲੀ ਹੁੰਦਾ ਹੈਗਾ ਫਿਰ ਇਹ ਥੋੜ੍ਹਾ ਜਿਹਾ ਮੋਡਰੇਟ ਹੁੰਦਾ ਹੈਗਾ ਅਤੇ ਫਿਰ ਇਹ ਸਵੀਅਰ ਹੁੰਦਾ ਹੈਗਾ ਇਹ ਸਟੀਰੋਇਡ ਕਦੋਂ ਵਰਤਣੇ ਨੇ ਇਹ ਜਿਹੜੀ ਗੱਲ ਸੀਗੀ ਇਹ ਇੱਕ ਪ੍ਰੋਟੋਕੋਲ ਬਣਾਇਆ ਗਿਆ ਪਰ ਉਹਨੂੰ ਫਾਲੋ ਨਹੀਂ ਕੀਤਾ ਗਿਆ ਸੈਂਟਰਲ ਗਵਰਨਮੈਂਟ ਨੇ ਇੱਕ ਪ੍ਰੋਟੋਕੋਲ ਬਣਾਇਆ ਅਸੀਂ ਦੇਖੋ ਜਿਹੜੀ ਗੱਲ ਬਿਲਕੁਲ ਸਹੀ ਹੈਗੀ ਜਿਹੜੀ ਵਟਸਐਪ ਯੂਨੀਵਰਸਿਟੀ ਵੱਲੋਂ ਜਿਹੜਾ ਇੱਕ ਫਤਿਹ ਕਿੱਟ ਆਈ ਹੈ ਫਤਿਹ ਕਿੱਟ ਪੰਜਾਬ ਸਰਕਾਰ ਨੇ ਦਿੱਤੀ ਵੈਸੇ ਉਹੀ ਪ੍ਰੋਟੋਕੋਲ ਸੈਂਟਰਲ ਗਵਰਨਮੈਂਟ ਦਾ ਹੀ ਸੀਗਾ ਉਹਦੇ ਜੋ ਦਵਾਈਆਂ ਸੀਗੀਆਂ ਉਹਦੇ ਵਿੱਚ ਕੁਝ ਨਹੀਂ ਸੀਗਾ ਪਰ ਜਦੋਂ ਉਹ ਫਤਿਹ ਕਿੱਟ ਲੋਕਾਂ ਨੇ ਲਈ ਇੱਕ ਦੂਜੇ ਨੂੰ ਨਾਲੇ ਭੇਜਤੀ ਜਿਹੜੇ RMP ਸੀਗੇ ਜਿਹੜੇ ਇੱਧਰ ਉੱਧਰ ਡਾਕਟਰ ਸੀਗੇ ਉਹਨਾਂ ਨੂੰ ਇੱਕ ਕਿਤੇ ਲੱਗਿਆ ਵੀ ਜਿਹੜੀ ਹੈਗੀ ਹੈ ਆਪਣੇ ਸਟੀਰੋਇਡ ਇਹ ਬਹੁਤ ਜ਼ਿਆਦਾ ਮਤਲਬ ਕਿ ਡਰਾਮੈਟਿਕ ਡਰੱਗ ਹੈਗੀ ਵੀ ਹੈ ਕੋਈ ਸ਼ੱਕ ਨਹੀਂ ਹੈਗਾ ਪਰ ਇਹਨੂੰ ਇਸਤੇਮਾਲ ਕਦੋਂ ਕਰਨਾ ਹੈਗਾ ਕਿਸ ਪੜਾਅ ਤੇ ਕਰਨਾ ਹੈਗਾ ਉਹ ਇੰਪੋਰਟੈਂਟ ਹੈਗਾ ਜੇ ਤੁਸੀਂ ਅੱਜ ਪਹਿਲੇ ਦਿਨ ਤੁਹਾਨੂੰ ਪਹਿਲਾ ਸਿਮਟਮ ਆਇਆ ਤੇ ਤੁਸੀਂ ਉਹਨੂੰ ਸਟੀਰੋਇਡ ਸ਼ੁਰੂ ਕਰ ਦੋਗੇ ਉਹ ਘਾਤਕ ਹੋਊਗਾ
ਇਹਦੇ ਵਾਸਤੇ ਵੇਟ ਕਰਨੀ ਹੈ ਕਿ ਕਿਹੜਾ ਸਿੰਪਟਮ ਡਿਵੈਲਪ ਹੋਊਗਾ ਤੇ ਕਦੋਂ ਮਤਲਬ ਕਿ ਉਹਦੇ ਵਿੱਚ ਤੇ ਮੈਂ ਕਈ ਪਰਚੀਆਂ ਦੇਖੀਆਂ ਨੇ ਵਟਸਐਪ ਤੇ ਮੇਰੇ ਕੋਲ ਵੀ ਆਈਆਂ ਨੇ ਕਿ ਅਸੀਂ ਆਹ ਦਵਾਈ ਲੈ ਰਹੇ ਹਾਂ ਉਹਦੇ ਵਿੱਚ ਵਾਈਸੋਲੋਨ ਪਾਈ ਵੀ ਹੈ ਜਿਹੜੀ ਸਟੀਰੋਇਡ ਹੈਗੀ ਹੈ ਉਹ ਆਰਐਮਪੀ ਨੇ ਜਿਹੜੀ ਫਤਿਹ ਕਿਟ ਦੀ ਜਿਹੜੀ ਮੈਡੀਸਨ ਹੈਗੀ ਉਹਦੇ ਵਿੱਚ ਉਹਨਾਂ ਨੇ ਵਾਈਸੋਲੋਨ ਆਪਣੇ ਤਰਫੋਂ ਪਾ ਦਿੱਤੀ ਜੋ ਕਿ ਸਟੀਰੋਇਡ ਹੈਗਾ ਯਾਨੀ ਕਿ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਕਮਿਊਨਿਟੀ ਜਿਹੜੀ ਹੈਗੀ ਹੈ ਕਿਉਂਕਿ ਉਹ ਡਰੀ ਹੋਈ ਹੈ ਤੁਸੀਂ ਹਿਸਾਬ ਲਓ ਕਿ ਪਿਛਲੇ ਦਿਨ ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਵੀ ਜਿਹੜੀ ਜਿਹੜੀ ਫਤਿਹ ਕਿੱਟ ਆ ਰਹੀ ਹੈਗੀ ਹੈ ਕਿ ਅਸੀਂ ਸਾਨੂੰ ਹਜੇ ਕੁਛ ਨਹੀਂ ਹੋਇਆ ਕਿ ਅਸੀਂ ਇਸਤੇਮਾਲ ਕਰ ਲਈਏ ਸਾਨੂੰ ਕਰੋਨਾ ਨਹੀਂ ਹੋਊਗਾ ਇਹ ਇੱਥੋਂ ਤੱਕ ਲੋਕਾਂ ਦੇ ਵਿੱਚ ਮਤਲਬ ਕਿ ਜਿਹੜਾ ਵਟਸਐਪ ਵਿੱਚ ਫੈਲਿਆ ਹੋਇਆ ਜਿਹੜਾ ਸਾਡਾ ਇਹ ਹੈਗਾ ਇਹਨੂੰ ਦੂਰ ਕਰਨਾ ਕਿਵੇਂ ਹੁੰਦਾ ਹੈਗਾ ਸਮਝਾਉਣਾ ਕਿਸ ਨੇ ਹੁੰਦਾ ਹੈਗਾ ਇਹ ਗੱਲ ਜਿਹੜੀ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਅਤੇ ਬਾਕੀ ਜਿਹੜੀ ਹੈਲਥ ਇਨਫਰਾਸਟਰਕਚਰ ਹੈਗੀ ਹੈ ਉਹ ਬੜਾ ਇੰਪੋਰਟੈਂਟ ਹੈਗਾ ਜਿਹੜੀ ਗੱਲ ਡਾਕਟਰ ਮਕਦਮ ਹੋਣੀ ਕਹਿ ਰਹੇ ਸੀਗੇ ਵੀ ਘਰ ਦੇ ਵਿੱਚ ਤੁਸੀਂ ਆਕਸੀਜਨ ਲਾਈ ਹੈ ਇਕੱਲੇ ਘਰ ਦੀ ਗੱਲ ਨਹੀਂ ਹੈ ਤੁਸੀਂ ਦੇਖੋ ਵੀ ਇੰਨਾ ਜ਼ਿਆਦਾ ਰਸ਼ ਹੈਗਾ ਆਪਣੇ ਪੇਸ਼ੈਂਟਸ ਦਾ ਮਤਲਬ ਕਿ ਹਸਪਤਾਲਾਂ ਦੇ ਵਿੱਚ ਜੇ ਉੱਥੇ ਇੱਕ ਬੰਦੇ ਨੂੰ ਵੀ ਮਤਲਬ ਕਿ ਇਹ ਹੋ ਜਾਏ ਫੰਗਲ ਇਨਫੈਕਸ਼ਨ ਬਲੈਕ ਫੰਗਲ ਤਾਂ ਉਹ ਜਿਹੜੀ ਹੈਗੀ ਹੈ ਉਹ ਵੀ ਉੱਥੇ ਨਾ ਬੋਤਲ ਬਦਲੀ ਜਾ ਰਹੀ ਹੈ ਨਾ ਜਿਹੜੀਆਂ ਨੇਜ਼ਲ ਪਾਈਪਸ ਨੇ ਜਿਹੜੀਆਂ ਦਿੱਤੀਆਂ ਆਕਸੀਜਨ ਵਾਸਤੇ ਨਾ ਉਹ ਬਦਲੀਆਂ ਜਾ ਰਹੀਆਂ ਨੇ ਉਹਦਾ ਹੀ ਦੇਖੀਆਂ ਜਾ ਰਹੀਆਂ ਨੇ ਨਾ ਹੀ ਉਹ ਸਾਫ਼ ਕੀਤੀਆਂ ਜਾ ਰਹੀਆਂ ਨੇ ਇਹ ਜਿਹੜੀ ਹਾਈਜੀਨ ਆਫ ਦੀ ਹੋਸਪਿਟਲ ਹੈਗੀ ਹੈ ਉਹ ਵੀ ਬੜੀ ਇੰਪੋਰਟੈਂਟ ਹੈਗੀ ਹੈ ਮੈਂ ਸਰ ਜੇ ਡਾਕਟਰ ਦੀਪਤੀ ਨੂੰ ਪੰਜਾਬੀ ਸਮਝਣਾ ਚਾਹਾਂ ਇਹਨੂੰ ਉੱਲੀ ਸ਼ਬਦ ਵਰਤਿਆ ਜਾਵੇ ਵੀ ਜਦੋਂ ਅਸੀਂ ਚੀਜ਼ ਖਰਾਬ ਹੋ ਜਾਂਦੀ ਹੈ ਬਹੀ ਹੋ ਜਾਂਦੀ ਹੈ ਜਾਂ ਜਿਹੜੀ ਚੀਜ਼ ਸਾਫ਼ ਨਹੀਂ ਕਰਦੇ ਪਨਪਣ ਦੇ ਵਾਸਤੇ ਵਧਣ ਫੁੱਲਣ ਦੇ ਵਾਸਤੇ ਮੌਕਾ ਮਿਲੂਗਾ ਜਿਸ ਚ ਡਾਇਬਟੀਜ਼ ਆਪਣੇ ਆਪ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਸਟੀਰੋਇਡ ਉਹਨੂੰ ਜਿਹੜੇ ਕਰ ਦਿੰਦੇ ਨੇ ਬਲੈਕ ਫੰਗਸ ਕੀ ਹੈ ਕੋਵਿਡ ਦੇ ਵਿਚਾਲੇ ਕਿਹੋ ਜਿਹੇ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਪਰ ਇਸ ਦੇ ਨਾਲ ਇੱਕ ਵਾਈਟ ਫੰਗਸ ਵਾਲੀ ਖਬਰ ਵੀ ਆ ਰਹੀ ਹੈ ਵਾਈਟ ਫੰਗਸ ਬਲੈਕ ਫੰਗਸ ਤੋਂ ਜ਼ਿਆਦਾ ਖਤਰਨਾਕ ਤਾਂ ਨਹੀਂ ਉਹਦੇ ਕੀ ਸਿੰਪਟਮਸ ਹੈ ਕਿ ਉਹਨੂੰ ਤੋਂ ਕਿਵੇਂ ਬਚਿਆ ਜਾਵੇ ਉਹ ਸਵਾਲ ਹੈ ਕਿ ਨਹੀਂ ਹੈ ਵਾਈਟ ਫੰਗਸ ਦਾ ਉਹ ਵੀ ਪੁੱਛਾਂਗੇ ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਕਰੋਨਾ ਤੋਂ ਫੰਗਸ ਦਾ ਕੀ ਕਰੇਗਾ ਇੰਡੀਆ ਵੱਡਾ ਸਵਾਲ ਇੱਕੋ ਪੁੱਛ ਰਿਹਾ ਸੀ ਵੱਡਾ ਸਵਾਲ ਇਹ ਪੁੱਛ ਰਿਹਾ ਕਰੋਨਾ ਕਾਲ 'ਚ ਫੰਗਸ ਤੋਂ ਬਚਾਉਣ ਲਈ ਦੇਸ਼ ਦਾ ਸਿਹਤ ਸਿਸਟਮ ਕਿੰਨਾ ਤੰਦਰੁਸਤ ਹੈ ਡਾਕਟਰ ਦੀਪਤੀ ਮੈਂ ਸਰ ਤੁਹਾਡੀ ਗੱਲ ਨੂੰ ਅੱਗੇ ਵਧਾ ਰਿਹਾ ਡਾਕਟਰ ਦੀਪਤੀ ਸਰ ਸਰਕਾਰ ਇੱਕ ਮਿੰਟ 'ਚ ਕਹਿ ਦਿੰਦੀ ਹੈ ਲੋਕਡਾਊਨ ਲਾ ਦਿਓ ਸਰਕਾਰ ਇੱਕ ਮਿੰਟ 'ਚ ਕਹਿੰਦੀ ਹੈ ਮਹਾਂਮਾਰੀ ਐਲਾਨ ਦਿਓ ਸਰ ਉਸ ਦੇ ਲਈ ਇੱਕ ਜੋ ਸਰ ਸਾਨੂੰ ਪਤਾ ਜੋ ਅਸੀਂ ਸਮਝਿਆ ਉਹਦੇ ਲਈ ਇੱਕ ਬੰਦੋਬਸਤ ਕਰਨੇ ਪੈਂਦੇ ਆ ਸਰ ਉਸ ਤੋਂ ਪਹਿਲਾਂ ਜੇ ਤੁਸੀਂ ਕਹਿ ਰਹੇ ਹੋ ਬਲੈਕ ਫੰਗਸ ਨੂੰ ਮਹਾਂਮਾਰੀ ਐਲਾਨ ਦਿਓ ਤਾਂ ਤੁਸੀਂ ਤੁਹਾਨੂੰ ਇਹ ਤੈਅ ਕਰਨਾ ਪਊਗਾ ਕਿ ਅਸੀਂ ਉਹਦੇ ਲਈ ਇੱਕ ਵੱਖਰਾ ਵਾਰਡ ਕਿਹੜੇ ਬਣਾ ਰਹੇ ਹਾਂ ਕਿੱਥੇ ਬਣਾ ਰਹੇ ਹਾਂ ਕਿਹੜੇ ਡਾਕਟਰ ਆ ਸਾਡੇ ਕੋਲ ਕਿੰਨੀਆਂ ਟੀਮਾਂ ਸਰ ਉਹ ਦੱਸਣਾ ਪਊਗਾ ਚਾਹੇ ਉਹ ਸਟੇਟ ਦੱਸੇ ਚਾਹੇ ਉਹ ਸੈਂਟਰ ਦੱਸੇ ਚਾਹੇ ਯੂਟੀ ਦੱਸੇ ਡਾਕਟਰ ਦੀਪਤੀ ਕਿ ਅਸੀਂ ਸਿਰਫ ਐਲਾਨ ਕਰਨ ਲਈ ਬੈਠੇ ਹਾਂ ਮਹਾਂਮਾਰੀ ਐਲਾਨ ਦਿਓ ਬਸ ਇਹਨੂੰ ਸਿਸਟਮ ਦੇ ਬਾਰੇ ਜਾਣਦੇ ਹੀ ਸਾਰੇ ਜਾਣਦੇ ਹੈਗੇ ਕੋਈ ਇਹ ਗੱਲ ਨਹੀਂ ਹੈਗੀ ਜਿਹੜਾ ਸਿਸਟਮ ਹੈਗਾ ਉਹ ਪਹਿਲਾਂ ਹੀ ਮਤਲਬ ਕਿ ਚਰਮਰਾਇਆ ਹੋਇਆ ਹੈਗਾ ਤੁਸੀਂ ਆਪ ਹੀ ਦੇਖ ਸਕਦੇ ਹੈਗੇ ਹੋ ਵੀ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਦੇ ਵਿੱਚ ਜੇ ਮੈਂ ਕਹਾਂ ਵੀ ਸਾਡੇ ਕੋਲੋਂ ਤਕਰੀਬਨ ਮਤਲਬ ਕਿ ਦੇਸ਼ ਦੇ ਵਿੱਚ 25,000 ਪ੍ਰਾਇਮਰੀ ਹੈਲਥ ਸੈਂਟਰ ਹੈਗੇ ਆ ਕੋਈ 5,500 ਕਮਿਊਨਿਟੀ ਹੈਲਥ ਸੈਂਟਰ ਹੈਗੇ ਆ ਕਮਿਊਨਿਟੀ ਹੈਲਥ ਸੈਂਟਰ 25 ਬੈੱਡ ਹੁੰਦੇ ਆ ਉੱਥੇ 4 ਸਪੈਸ਼ਲਿਸਟ ਹੁੰਦੇ ਆ ਪਰ ਅਸੀਂ ਅਜੇ ਤੱਕ ਹੁਣ ਤੱਕ ਮਤਲਬ ਕਿ 1.5 ਸਾਲ ਹੋ ਗਿਆ ਅਸੀਂ ਉਹਨਾਂ ਨੂੰ ਮਤਲਬ ਕਿ ਤਿਆਰ ਨਹੀਂ ਕਰ ਸਕੇ ਤਾਂ ਕਿ ਅਸੀਂ ਸ਼ੁਰੂ ਦੇ ਜਿਹੜੇ ਮਰੀਜ਼ ਦੇ ਅਸੀਂ ਉਹਨਾਂ ਨੂੰ ਉੱਥੇ ਸੰਭਾਲ ਸਕੀਏ ਇੱਥੋਂ ਤੱਕ ਕਿ ਜਿਹੜੀ ਘਰ ਚ ਜਾ ਕੇ ਆਪਣਾ ਇਲਾਜ ਆਪ ਕਰਨ ਦੀ ਗੱਲ ਹੈਗੀ ਹੈ ਸਾਡਾ ਕਮਿਊਨਿਟੀ ਹੈਲਥ ਸੈਂਟਰ ਕੀ ਵਾਸਤੇ ਹੈਗਾ ਸਾਡਾ ਪ੍ਰਾਇਮਰੀ ਹੈਲਥ ਸੈਂਟਰ ਕੀ ਵਾਸਤੇ ਹੈਗਾ ਜਿੱਥੇ 10 ਬੈੱਡ ਹੈਗੀ ਜੇ ਆਪਾਂ ਪ੍ਰਾਇਮਰੀ ਹੈਲਥ ਸੈਂਟਰ ਤੇ ਕਮਿਊਨਿਟੀ ਹੈਲਥ ਸੈਂਟਰ ਨੂੰ ਮਿਲਾ ਦਈਏ ਨਾ ਸਾਡੇ ਕੋਲ 4 ਲੱਖ ਬੈੱਡ ਬੰਦੇ ਹੈ ਮੈਂ ਅਜੇ ਮੈਡੀਕਲ ਕਾਲਜਾਂ ਦੀ ਗੱਲ ਨਹੀਂ ਕਰ ਰਿਹਾ ਜਿਹਦੇ ਪ੍ਰਾਈਵੇਟ ਤੇ ਸਰਕਾਰੀ ਮੈਡੀਕਲ ਕਾਲਜ ਗੱਲ ਕਰੀ ਤਾਂ 550 ਮੈਡੀਕਲ ਕਾਲਜ ਹੈਗੇ ਆ ਤਾਂ ਜੇ ਇਸ ਤਰ੍ਹਾਂ ਦੀ ਵੀ ਇਹ ਤਿਆਰੀ ਦੀ ਗੱਲ ਹੈ ਤਿਆਰੀ ਹੈ ਨਹੀਂ ਸਾਡੇ ਕੋਲੋਂ ਮਹਾਂਮਾਰੀ ਐਲਾਨ ਚਲੋ ਖਬਰ ਬਣ ਜਾਂਦੀ ਹੈਗੀ ਹੈ ਲੱਗਦਾ ਕਿ ਸਰਕਾਰ ਕੁਛ ਕਰ ਰਹੀ ਹੈਗੀ ਹੈ ਕਰਦੇ ਹੋਏ ਨਜ਼ਰ ਆਉਣਾ ਜਿਹੜਾ ਹੈ ਨਾ ਉਹ ਸਰਕਾਰਾਂ ਦਾ ਕੰਮ ਹੁੰਦਾ
ਇਸ ਕਰਕੇ ਜਦੋਂ ਤਿਆਰੀ ਨਹੀਂ ਹੁੰਦੀ ਤੇ ਫਿਰ ਆਪਾਂ ਇਹੋ ਜਿਹੇ ਸਟੈਪ ਲੈਣੇ ਹੈਗੇ ਠੀਕ ਠੀਕ ਡਾਟਪੁਰੀ ਸਰ ਇਹ ਬਲੈਕ ਫੰਗਸ ਦੀ ਗੱਲ ਹੋ ਰਹੀ ਹੈ ਤੇ ਸਰ ਵਾਈਟ ਫੰਗਸ ਦੀ ਵੀ ਖਬਰ ਆਉਣ ਲੱਗ ਪਈ ਹੈ ਕਹਿੰਦੇ ਵਾਈਟ ਫੰਗਸ ਜ਼ਿਆਦਾ ਖਤਰਨਾਕ ਹੈ ਇਸ ਤੋਂ ਥੋੜਾ ਜਿਹਾ ਸਰ ਇਸ ਬਾਰੇ ਰੋਸ਼ਨੀ ਪਾ ਸਕਦੇ ਹੋ ਡਾਟਪੁਰੀ देखो जी जिन्नी जिन्हें भी ये ऑपरचुनिस्टिक इन्फेक्शन्स ने ब्लैक फंगस कह लो वाइट फंगस कह लो म्यूकर माइकोसिस कह लो इन्होंने वधना ही वधना है क्योंकि साढ़े दो चीज़ा नहीं ठीक हैं एक तो साडा जिहड़ा वट्सएप यूनिवर्सिटी ने गंद पाया है देश विच जिहड़ा भी फिजिशियन है या जिहड़ा भी बंदा है घर बैठिया है घर बैठ के ओवर द काउंटर ड्रग्स खरीदे जा रहे हैं तो खाए जा रहे हैं उन्होंने ये समझना पेगा ये ड्रग्स जड़ी होंगी ने दो धारी तलवार की तरह होंगी ने ये ठीक भी करती ने ते मार दियां भी ने ठीक है तो दूजी गल जी तुसी पहला पूछी थी डॉक्टर साहब नू कि साड़ा सिस्टम हुण असी महामारी विच हैं ये महामारी जुलाई एंडिंग तक खत्म होएगी सानू सोचना पेगा कि असी की पाया की खोया साढ़े प्राइमरी हैल्थ सिस्टम नू साढ़े हैल्थ बजट नू वधाना पेगा हैल्थ सिस्टम तुहाडा चरमराया नहीं है ये शुरू तो चरमराया दा सी हुण ते तुहानू तस्वीर लभी है कि ये प्रॉब्लम किसी वक्त भी हिंदुस्तान विच आ सकती सी नाउ इट इज टाइम टू इनक्रीज योर हैल्थ इंफ्रास्ट्रक्चर टू स्ट्रेंथन इट अगर तुसी स्ट्रेंथन नहीं करोगे इस तरह की महामारियां बार बार आनगियां ना गल आई ब्लैक फंगस दी ब्लैक फंगस कोई सिंपल चीज नहीं तुसी प्राइमरी हेल्थ सेंटर विच ब्लैक फंगस का ट्रीटमेंट नहीं कर सकते इस विच स्पेशलाइज्ड ड्रग्स लगनियां ने ते मोस्टली पेशेंट 50% ऑफ द पेशेंट जो है उन्होंने ऑपरेट करना पैंदा है जिन्हां नूं सर्जरीज जो होंदी है वो बड़ी मॉर्बिड सर्जरी है अख कटनी पै सकती है तुहाडे साइनसिस क्लीयर करने पै सकते हैं अगर फेफड़े विच चली जाए तो फेफड़े की स्पेशलाइज सर्जरी करनी पैंदी है सानूं समझना पेगा ਅਸੀਂ ਤਿਆਰ ਨਹੀਂ ਆ ਇਨ ਪ੍ਰੋਬਲਮਸ ਨੂੰ ਟੈਕਲ ਕਰਨ ਵਾਸਤੇ ਪ੍ਰਾਇਮਰੀ ਹੈਲਥ ਨੂੰ ਸੁਧਾਰਨਾ ਹੀ ਪਏਗਾ ਤੇ ਸੈਕੰਡਰੀ ਟੈਰੀਸ਼ਰੀ ਹੈਲਥ ਸਿਸਟਮ ਨੂੰ ਕ੍ਰੀਏਟ ਕਰਨਾ ਪਏਗਾ ਇੰਡੀਆ 'ਚ ਸਰ ਇਹ ਵਾਈਟ ਫੰਗਸ ਫੇਫੜਿਆਂ ਤੇ ਜ਼ਿਆਦਾ ਅਸਰ ਕਰਦਾ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਫੰਗਲ ਇਨਫੈਕਸ਼ਨਸ ਨੇ ਇਹ ਫੈਲਣਾ ਸ਼ੁਰੂ ਹੁੰਦੇ ਨੇ ਤੁਹਾਡੇ ਪੈਰਾਨੇਜ਼ਲ ਸਾਈਨਸਿਸ ਤੋਂ ਤੇ ਅੱਖ ਦੀ ਤਰਫ ਜਾਂਦੇ ਨੇ ਬ੍ਰੇਨ ਦੀ ਤਰਫ ਜਾਂਦੇ ਨੇ ਜਾਂ ਫਿਰ ਸਾਹ ਦੀ ਨਲੀ ਤੋਂ ਹੁੰਦੇ ਹੋਏ ਲੰਗਸ ਦੀ ਤਰਫ ਜਾਂਦੇ ਨੇ ਸਰ ਇਹ ਕਰੋਨਾ ਤੋਂ ਜ਼ਿਆਦਾ ਖਤਰਨਾਕ ਹੈ ਬਲੈਕ ਫੰਗਸ ਵਾਈਟ ਫੰਗਸ ਬਿਲਕੁਲ ਜੀ ਕਿਉਂਕਿ ਕਰੋਨਾ ਵਿੱਚ ਤੁਸੀਂ ਦੇਖੋ ਅਗਰ 100 ਬੰਦੇ ਕਰੋਨਾ ਦੇ ਸੰਕਰਮਿਤ ਹੋਣਗੇ 95 ਬੰਦੇ ਜਿਹੜੇ ਨੇ ਨਾਰਮਲ ਆਪਣੇ ਬਿਲਕੁਲ ਨਾਰਮਲ ਹੋ ਜਾਣਗੇ ਅਗਰ ਇਹ ਫੰਗਲ ਇਨਫੈਕਸ਼ਨਸ ਕਿਸੇ ਨੂੰ ਹੁੰਦੀ ਇਹਨਾਂ ਦੀ ਮਾਰਕ ਸ਼ਮਤਾ 70% ਤੱਕ ਹੁੰਦੀ ਹੈ ਠੀਕ ਡਾਕਟਰ ਬਲਵੀਰ ਸਿੰਘ ਸਰ ਵੈਸੇ ਤਾਂ ਤੁਸੀਂ ਸਭ ਪੋਲੀਟੀਕਲ ਪਾਰਟੀ ਨਾਲ ਵੀ ਸੰਬੰਧ ਰੱਖਦੇ ਹੋ ਪਰ ਤੁਸੀਂ ਇਸ ਵਕਤ ਇੱਥੇ ਬੈਠੇ ਹੋ ਡਾਕਟਰੀ ਦੇ ਤੌਰ ਤੇ ਡਾਕਟਰ ਦੇ ਤੌਰ ਤੇ ਸਰ ਜਦੋਂ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਉਹ ਜਦੋਂ ਅੱਖ ਬਾਰੇ ਗੱਲ ਕਰਦਾ ਮੇਰੇ ਅੱਖ ਵਿੱਚ ਲਾਲੀ ਹੈ ਜਾਂ ਸੋਜਿਸ਼ ਹੈ ਜਾਂ ਜਲਨ ਹੋ ਰਹੀ ਹੈ ਸਰ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇਹਨੂੰ ਕੀ ਦਿੱਕਤ ਹੋ ਸਕਦੀ ਹੈ ਕਿਉਂਕਿ ਘਰੇ ਬੈਠਾ ਜਿਹੜਾ ਦਰਸ਼ਕ ਹੈਗਾ ਉਹ ਤੁਹਾਨੂੰ ਇਹ ਸੁਣ ਰਿਹਾ ਤੇ ਉਹ ਜਾਨਣਾ ਚਾਹੁੰਦਾ ਕਿ ਮੇਰੇ ਅੱਖ ਵਿੱਚ ਇਹ ਖਾਰਿਸ਼ ਹੋ ਰਹੀ ਹੈ ਤੇ ਮੈਨੂੰ ਦਿੱਕਤ ਕੀ ਹੋ ਸਕਦੀ ਹੈ ਜੀ ਇਹ ਤੁਹਾਡਾ ਸਵਾਲ ਬਹੁਤ ਇੰਪੋਰਟੈਂਟ ਹੈ ਜੀ ਅੱਜ ਮੈਨੂੰ ਇੱਕ 34 ਸਾਲ ਦੇ ਮੁੰਡੇ ਦਾ ਫੋਨ ਆਇਆ ਕਿ ਜੀ ਮੇਰੀ ਅੱਖ ਦੇ ਵਿੱਚ ਲਾਲੀ ਹੈ ਔਰ ਪਾਣੀ ਜਾ ਰਿਹਾ ਹੈਗਾ ਉਹਨੇ ਮੈਨੂੰ ਸਾਰੀਆਂ ਸਿੰਪਟਮ ਦੱਸ ਕੇ ਉਸ ਤੋਂ ਬਾਅਦ ਕਹਿੰਦਾ ਜੀ ਮੈਨੂੰ ਇਹ ਬਲੈਕ ਫੰਗਸ ਤਾਂ ਨਹੀਂ ਹੋ ਗਿਆ ਮੈਂ ਉਹਨੂੰ ਕਿਹਾ ਕਾਕੇ ਤੋਂ ਮੈਨੂੰ ਫੋਟੋ ਖਿੱਚ ਕੇ ਭੇਜ ਦੇ ਮੈਨੂੰ ਫੋਟੋ ਖਿੱਚ ਕੇ ਭੇਜੀ ਤੇ ਉਹਨੂੰ ਇੱਕ ਸਟੈਫਲੋਕੋਕਸ ਜਿਹੜੀ ਸਟਾਈ ਸੀ ਜਿਹਨੂੰ ਕਹਿੰਦੇ ਗੁਆਡਣੀ ਕਹਿ ਦਿੰਦੇ ਆ ਪੰਜਾਬੀ ਚ ਤੇ ਉਹ ਸੀ ਤੇ ਮੈਂ ਉਹਨੂੰ ਕਿਹਾ ਬੇਟਾ ਇਹ ਬਲੈਕ ਫੰਗਸ ਤੁਹਾਨੂੰ ਨਹੀਂ ਹੋ ਸਕਦਾ ਕਿਉਂਕਿ ਤੁਹਾਨੂੰ ਸ਼ੂਗਰ ਆ ਕਹਿੰਦਾ ਨਹੀਂ ਮੈਂ ਕਿਹਾ ਤੁਹਾਨੂੰ ਕਰੋਨਾ ਹੋਇਆ ਕਹਿੰਦਾ ਨਹੀਂ ਮੈਂ ਕਿਹਾ ਤੁਹਾਨੂੰ ਕੋਈ ਸਟੀਰੋਇਡ ਆ ਰਿਹਾ ਕਹਿੰਦਾ ਨਹੀਂ ਮੈਂ ਕਿਹਾ ਤੁਹਾਨੂੰ ਹੋ ਹੀ ਨਹੀਂ ਸਕਦਾ ਇਹ ਇਹ ਸ਼ੂਦ ਦੀ ਬਿਮਾਰੀ ਹੈ ਹੀ ਨਹੀਂ ਹੈ ਜੇ ਇੱਕ ਕਰੋਨਾ ਦਾ ਮਰੀਜ਼ ਹੈ ਉਹਦੇ ਆਸ-ਪਾਸ 20 ਬੰਦੇ ਆ ਉਹ 20 ਦੇ ਵਿੱਚੋਂ 5 ਜਿਹਨਾਂ 10 ਨੂੰ ਕਰੋਨਾ ਹੋ ਸਕਦਾ ਲੇਕਿਨ ਜੇ ਇੱਕ ਬਲੈਕ ਫੰਗਸ ਦਾ ਪੇਸ਼ੈਂਟ ਆ ਉਹਦੇ ਆਸ-ਪਾਸੇ 50 ਬੰਦੇ ਆ ਤਾਂ ਇੱਕ ਨੂੰ ਵੀ ਬਲੈਕ ਫੰਗਸ ਨਹੀਂ ਹੋਏਗਾ ਬਲੈਕ ਫੰਗਸ ਸਿਰਫ ਤੇ ਸਿਰਫ ਉਸ ਵਿਅਕਤੀ ਨੂੰ ਹੋਏਗਾ ਜਿਹੜਾ ਸਸੈਪਟੀਬਲ ਹੈ ਜਿਹਦੀ ਇਮਿਊਨਿਟੀ ਲੋ ਹੈ ਔਰ ਜਿਹੜਾ ਡਾਇਬੀਟਿਕ ਵੀ ਅਨਕੰਟਰੋਲਡ ਹੈ ਜੇ ਉਹਦੀ ਡਾਇਬੀਟੀਜ਼ ਕੰਟਰੋਲਡ ਆ ਫਿਰ ਉਹਨੂੰ ਵੀ ਨਹੀਂ ਹੋਏਗਾ ਉਹ ਤੇ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਜਿਸ ਤਰ੍ਹਾਂ ਡਾਕਟਰ ਦੀਪ ਜੀ ਨੇ ਕਿਹਾ ਵੀ ਸਾਡੇ ਕੋਲ ਇੰਨੇ ਬੈੱਡ ਆ ਕੋਵਿਡ ਸੈਂਟਰ ਆ ਉਹ ਸਾਰਾ ਕੁਝ ਹੈਗਾ ਬਟ ਇਹਨਾਂ ਨੇ ਕੀਤਾ ਕਿ ਪੰਜਾਬ ਵਿੱਚ ਪਿਛਲੇ ਸਵਾ ਸਾਲ ਤੋਂ 500 ਜਿਹੜੀਆਂ ਮੈਡੀਕਲ ਆਫੀਸਰ ਦੀਆਂ ਪੋਸਟਾਂ ਹੈਗੀਆਂ ਉਹ ਖਾਲੀ ਪਈਆਂ ਪਿੰਡਾਂ ਦੇ ਵਿੱਚ ਤੇ ਗਵਰਨਮੈਂਟ ਨੇ ਹੋਰ 2 ਲੱਖ ਇਹਨਾਂ ਨੇ ਕਿਹਾ ਕਿ ਅਸੀਂ ਬੰਦੇ ਰੱਖਾਂਗੇ ਬਟ ਉਹਦੇ ਵਿੱਚ ਉਹ 500 ਪੋਸਟਾਂ ਸ਼ਾਮਲ ਨਹੀਂ ਹੈ ਉਹ ਐਡਵਰਟਾਈਜ਼ ਨਹੀਂ ਕੀਤੀਆਂ ਇਹਨਾਂ ਨੇ ਤੇ ਬਾਕੀ ਜਿਹੜੇ 800 ਬੰਦੇ ਲੱਗੇ ਹੋਏ ਸੀ ਤੇ ਜਦੋਂ ਇਹ ਕਰੋਨਾ ਆਉਂਦਾ ਉਹਨਾਂ ਨੂੰ ਚੱਕ ਕੇ ਕਰੋਨਾ ਸੈਂਟਰਾਂ 'ਚ ਡਿਊਟੀਆਂ ਲਾ ਦਿੰਦੇ ਤੋ ਪੰਜਾਬ ਦੀ ਜਿਹੜੀ 65% ਪੋਪੂਲੇਸ਼ਨ ਹੈ ਜਿਹੜੇ ਛੋਟੇ ਮੋਟੇ ਸ਼ਹਿਰ ਵੀ ਘਨੌਰ ਜਿਹੜੀਆਂ ਮੰਡੀਆਂ ਹੈਗੀਆਂ ਸਨੌਰ ਘਨੌਰ ਉੱਥੇ ਵੀ ਜਿਹੜੇ ਹੈਗੇ ਡਾਕਟਰ ਕੱਢ ਕੇ ਉਹਨਾਂ ਨੂੰ ਜ਼ਿਆਦਾ ਮੈਡੀਕਲ ਕਾਲਜ ਲਾ ਦਿੰਦੇ ਆ ਕਰੋਨਾ ਸੈਂਟਰਾਂ 'ਚ ਲਾ ਦਿੰਦੇ ਤੋ 70% ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਵਾਸਤੇ ਕੋਈ ਮੈਡੀਕਲ ਸਰਵਿਸ ਨਹੀਂ ਹੈ ਔਰ ਜਿੰਨੇ ਇਹਨਾਂ ਦੇ ਸਿਵਲ ਹਸਪੀਟਲ ਹੈ ਉਹ ਸਿਰਫ ਤੇ ਸਿਰਫ ਇੱਕ ਰੈਫਰਲ ਦਾ ਸੈਂਟਰ ਹੈ
लाशा निकल दिया पी माफ करना डाटा बलवीर सिर्फ ते सिर्फ जेडे चार बंदे ने ज्वाइन किया सीगा उहनां दे विचों न्यूरो सर्जन उत्थों भी छड गया ते सिर्फ तीन बंदे रह गए उहदे विच बिल्डिंग ए क्लास है इक्विपमेंट ए क्लास है जिहड़ी कि हुण पिछले दो साल दे विच कंडम हो चुकी है उहदे विच ना तां उहनां ने सुपर स्पेशलिस्ट रखिया और ना ही उहनां ने जिहड़ा उहदा सपोर्टिंग स्टाफ सी रखिया सी मैं न्यूरो सर्जन नूं फोन कीता कि तुसीं जॉब क्यों छड्डी उह कहिंदा जी मैं जिस तरह मैं पहला पीसीएमएस दे विचों वा जा के सुपर स्पेशलिस्ट पढ़िया सी ਜਿੱਦਾਂ ਮੈਂ ਉੱਥੇ ਜਾ ਕੇ ਡਿਸਪੈਂਸਰੀ ਦਾ ਤਾਲਾ ਖੋਲਦਾ ਸੀ ਇੱਥੇ ਜਾ ਕੇ ਮੈਂ ਸੁਪਰ ਸਪੈਸ਼ਲਿਟੀ ਆਪਣੇ ਕਲੀਨਿਕ ਦਾ ਤਾਲਾ ਖੋਲਦਾ ਸੀ ਠੀਕ 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 ਨਿਊਰੋ ਸਰਜਨ ਵਾਸਤੇ ਦਾ ਜਿਹੜਾ ਪਰਮਨੈਂਟਲੀ ਸਰਜਨ ਹੈ ਠੀਕ ਠੀਕ ਬਹੁਤ 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 ਗੰਭੀਰ ਸਵਾਲ ਬਹੁਤ ਵੱਡੀ ਟੀਮ ਹੁੰਦੀ ਹੈ ਡਾਕਟਰੋਂ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਬਟ ਇੱਕ ਬਹੁਤ ਵੱਡੀ ਟੀਮ ਹੁੰਦੀ ਹੈ ਜਿਹੜੇ ਜਿਹੜੇ ਇਹ ਫੰਗਸ ਦੇ ਕੇਸਸ ਹੈ ਇਹਦੇ ਵਾਸਤੇ ਮੈਂ ਕਮਿਟਮੈਂਟ ਨੂੰ ਅਪੀਲ ਕਰਦਾ ਕਿ ਤੁਹਾਡੇ ਕੋਲੇ ਇਹਦਾ ਇਲਾਜ ਕਰਨ ਦਾ ਬੰਦੋਬਸਤ ਹੈ ਹੀ ਨਹੀਂ अपने आप ही ले चुके होंगे इलाज पहला कराना और गर्म पानी की भाप लैनी है दिन चार पांच बारी मैं कोरोना तो रिकवर कर रहा अज मैनू 15 दिन हो गए और मैं घरे ही रह के सारा उपचार करके अपनी प्रॉपर डाइट दे नाल और विदाउट एनी मेडिकेशन ते मेरे नाल मेरे बाकी फैमिली मेंबर्स भी सीगे ठीक सो असी ओ सिंपल प्रिकॉशन लेके जिवें गर्म पानी दी भाप असी जरूर लई आ बहुत बहुत लेनी चाहिदी आ क्योंकि जदों कोई भी फंगस जां कोई भी जिहड़ा हैगा ओ तुहाडे शरीर दे विच आ के पहला एक क्रिटिकल लेवल ते पहुंचेगा मल्टीप्लिकेशन होएगी ठीक ओ स्टेज ते उहनूं रोकिया जा सकदा उहनूं कंट्रोल कीता जा सकदा ठीक ठीक है डॉक्टर लोकां नूं बेनती करूंगा कि डॉक्टर पुरी नूं भी कोरोना हो चुकिया डॉक्टर दीप जी का मैं पता नहीं उन्होंने मैं पूछूंगा ब्रेक तो बाद वापस आके पर तुहानू आनू सानू सब नू आपस पुछना पवेगा जी व्हाट्सएप यूनिवर्सिटी है ये बड़ी खतरनाक है इन्दे विच जानकारियां भी बहुत है तो मिस इनफॉर्मेशन भी बहुत भरी पी है कृपा करके इन्हें ध्यान शेयर कराया करो जे तुहानू पता तो शेयर करो एवं लोगों तुसी इस तरीके गिफ्ट बनते फिर दवाइया गिफ्ट नहीं है दवाइया डॉक्टर दसती है डॉक्टर तो पुछ के लियो एवं खाई जाया करो वापस आ रहा एक फिर थोड़ा स्वागत करते हैं करोना तो फंगस तक ही करेगा इंडिया असं वाडा सवाल एक पूछ रहे हैं करोना काल फंगस तो बचाने लिए देश का सेहत सिस्टम कितना तंदुरुस्त है डॉक्टर पुरी सर तुसी भी कोविड ना दो चार हो चुके हो तो एक्सपीरियंस की है जे घट समय दस सको साढ़े दर्शकों देखो जी मैं सीधी गल करना 95% जिहड़े पेशेंट ने वो होम आइसोलेशन नाल बिल्कुल ठीक हो सकते हैं होम आइसोलेशन का मतलब सैल्फ मेडिकेशन नहीं है तुहानू कुछ नहीं करना पैरासीटामोल की गोली अपने कोल रखनी है चार बार तुसी अपनी सैचुरेशन मेजर करनी है ऑक्सीमीटर तो चार बार तुसी अपना टैंपरेचर मेजर करना है अगर टैंपरेचर तुहाडा 99 ते उपर है तुहानू क्रोसिन की गोली दिन में 3 तो 4 बार खानी है
ਤੇ ਸੈਚੂਰੇਸ਼ਨ 95 ਦੇ ਉੱਪਰ ਹੈ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਸਿੰਪਲ ਡੀਪ ਬ੍ਰੀਥਿੰਗ ਐਕਸਰਸਾਈਜ਼ਸ ਕਰੋ ਦਿਨ ਵਿੱਚ 4 ਵਾਰ ਸਟੀਮ ਲਓ 4 ਵਾਰ ਗਾਰਗਲਸ ਕਰੋ ਅਗਰ ਅੱਛਾ ਖਾਣਾ ਖਾਓ ਖੁੱਲਾ ਪਾਣੀ ਪੀਓ ਜਿਹੜਾ ਪੋਟਾਸ਼ੀਅਮ ਰਿਚ ਡਰਿੰਕਸ ਹੁੰਦੇ ਨੇ ਜੈਸੇ ਕੋਕੋਨਟ ਵਾਟਰ ਵਗੈਰਾ ਹੁੰਦਾ ਹੈ ਇਹ ਲਓ ਤੇ ਪ੍ਰੋਟੀਨ ਜ਼ਿਆਦਾ ਲਓ ਕਾਰਬੋਹਾਈਡਰੇਟ ਤੇ ਸ਼ੂਗਰਸ ਨੂੰ ਕੰਮ ਕਰ ਦਿਓ ਅਗਰ ਤੁਸੀਂ ਇਹ 5-6 ਚੀਜ਼ਾਂ ਕਰਦੇ ਹੋ ਤੁਸੀਂ ਕਾਰ ਬੈਠੇ ਬੈਠੇ ਆਰਾਮ ਨਾਲ ਬਿਲਕੁਲ ਠੀਕ ਹੋ ਜਾਓਗੇ ਸਾਹ ਦੀ ਐਕਸਰਸਾਈਜ਼ ਦਾ ਬਹੁਤ ਰੋਲ ਹੈ ਕਿਉਂਕਿ ਕਰੋਨਾ ਦੋ ਭਾਗਾਂ ਵਿੱਚ ਡਿਵਾਈਡ ਹੁੰਦਾ ਹੈ ਪਹਿਲੇ ਭਾਗ ਵਿੱਚ ਵਾਇਰੀਮੀਆ ਹੁੰਦਾ ਹੈ 7 ਦਿਨ ਵਾਸਤੇ ਤੇ ਸੈਕਿੰਡ ਭਾਗ ਵਿੱਚ 7 ਦਿਨ ਦੇ ਬਾਅਦ ਨਿਮੋਨੀਆ ਸਟਾਰਟ ਹੁੰਦਾ ਹੈ ਤੇ ਤੁਸੀਂ ਪਹਿਲਾ ਦਿਨ ਤੋਂ ਅਗਰ ਸਾਹ ਦੀ ਐਕਸਰਸਾਈਜ਼ ਲੰਬਾ ਸਾਹ ਖਿੱਚ ਕੇ 25-30 ਸੈਕਿੰਡ ਸਾਹ ਤੁਸੀਂ ਰੋਕਣਾ ਹੈ ਤੇ ਇਹ ਤੁਸੀਂ 24 ਵਾਰ ਕਰਨਾ ਹੈ ਹਰ ਘੰਟੇ ਵਿੱਚ 2 ਵਾਰ ਅਗਰ ਤੁਸੀਂ ਇਹ ਕਰਦੇ ਹੋ ਤੁਹਾਨੂੰ ਨਿਮੋਨੀਆ ਨਹੀਂ ਹੋਏਗਾ ਤੁਸੀਂ ਕਰੋਨਾ ਤੋਂ ਬਚ ਜਾਓਗੇ ਮੈਂ ਕਰੋਨਾ ਨਾਲ ਸੰਕ੍ਰਮਿਤ ਹੋਇਆ 14 ਦਿਨ ਮੈਂ ਕੁਆਰੰਟਾਈਨ ਕੀਤਾ ਆਪਣੇ ਆਪ ਨੂੰ ਇਹ ਸਾਰੀ ਚੀਜ਼ਾਂ ਕੀਤੀਆਂ ਇੱਕ ਦਵਾਈ ਨਹੀਂ ਖਾਧੀ ਮੈਂ ਕਰੋਸਿਨ ਨੂੰ ਛੱਡ ਕੇ ਤੇ ਮੈਂ ਬਿਲਕੁਲ ਠੀਕ ਹੋ ਗਿਆ ਇਸ ਤਰ੍ਹਾਂ ਦੇ ਮੇਰੇ ਕਈ ਡਾਕਟਰ ਮਿੱਤਰ ਵੀ ਹੋਏ ਉਹ ਸਾਰੇ ਨਿਕਲ ਗਏ ਪ੍ਰੋਬਲਮ ਵਿੱਚ ਉਹ ਲੋਕ ਆਉਂਦੇ ਨੇ ਜਿਨ੍ਹਾਂ ਦੀ ਸੈਚੂਰੇਸ਼ਨ 93-92 ਤੋਂ ਥੱਲੇ ਫਾਲ ਕਰਦੀ ਹੈ ਤਾਂ ਫਿਰ ਦਵਾਈਆਂ ਤੇ ਟੈਸਟਾਂ ਦੇ ਰੋਲ ਆਉਂਦੇ ਨੇ ਠੀਕ ਠੀਕ ਡਾਕਟਰ ਪੁਰੀ ਜਿਹੜੇ ਦਵਾਈਆਂ ਟੈਸਟਾਂ ਦੇ ਰੋਲ ਆਉਂਦੇ ਆ ਸਰ ਇਹ ਆਮ ਬੰਦੇ ਨੂੰ ਸਧਾਰਨ ਬੰਦੇ ਨੂੰ ਕਿਵੇਂ ਪਤਾ ਲੱਗਦਾ ਹੁਣ ਤੁਸੀਂ ਡਾਕਟਰ ਸੀਗੇ ਤੁਹਾਨੂੰ ਪਤਾ ਸੀਗਾ ਮੈਂ ਸੈਲਫ ਆਈਸੋਲੇਸ਼ਨ 'ਚ ਰਹਿਣਾ ਮੈਂ ਆਕਸੀਮੀਟਰ ਨਾਲ ਚੈੱਕ ਕਰ ਲਿਆ ਮੈਂ ਆਹ ਖਾਣਾ ਪ੍ਰੋਟੀਨ ਚਾਹੀਦੇ ਮੈਨੂੰ ਕਾਰਬੋਹਾਈਡਰੇਟ ਚਾਹੀਦੇ ਆ ਸ਼ੂਗਰਲੈਸ ਚਾਹੀਦੀ ਤੁਹਾਨੂੰ ਤਾਂ ਸਭ ਕੁਝ ਪਤਾ ਸਰ ਤੁਹਾਨੂੰ ਇਹ ਵੀ ਪਤਾ ਵੀ ਸਾਹ ਦੀ ਐਕਸਰਸਾਈਜ਼ ਕਿਵੇਂ ਕਰਨੀ ਹੈ ਸਾਡੇ ਤਾਂ ਸਾਹ ਦੀ ਐਕਸਰਸਾਈਜ਼ ਸਰ ਹੋਰ ਦੱਸੀ ਜਾਂਦੀ ਹੈ ਵਟਸਐਪ ਯੂਨੀਵਰਸਿਟੀ ਵਾਲੇ ਮਾਫ ਕਰਨਾ ਡਾਕਟਰ ਪੁਰੀ ਦੇਖੋ ਜੀ ਸਿੱਧੀ ਗੱਲ ਹੈ ਇਹ ਕੰਮ ਸਾਡਾ ਹੈ ਦੱਸਣਾ ਡਾਕਟਰਾਂ ਦਾ ਕਿ ਤੁਸੀਂ ਘਰ ਵਿੱਚ ਆਈਸੋਲੇਸ਼ਨ ਕੀ ਕਰਨਾ ਹੈ ਜਦ ਮੈਂ ਆਈਸੋਲੇਸ਼ਨ ਵਿੱਚ ਹਾਂ ਮੈਂ ਰੋਜ਼ ਇੱਕ ਵੈਬੀਨਾਰ ਕਮਿਊਨਿਟੀ ਨਾਲ ਕਰਦਾ ਸਾਂ ਜਿਨ੍ਹਾਂ ਨੂੰ ਮੈਂ ਸਮਝਾਉਣਾ ਸੀ ਕਿ ਘਰ ਵਿੱਚ ਕੀ ਕਰਨਾ ਹੈ ਸਿੰਪਲ ਸਿੰਪਲ ਚੀਜ਼ਾਂ ਸਮਝੋ ਤੁਸੀਂ ਘਰ ਵਿੱਚ ਕਰਨ ਵਾਲੀਆਂ ਤੁਹਾਨੂੰ ਸਾਹ ਦੀ ਐਕਸਰਸਾਈਜ਼ਾਂ ਕਰਨੀਆਂ ਇਹ ਸਾਰੇ ਅਸੀਂ ਦੱਸ ਹੀ ਰਹੇ ਨੇ ਪ੍ਰੋਬਲਮ ਕਿੱਥੇ ਸਟਾਰਟ ਹੁੰਦੀ ਹੈ ਜਦ ਤੁਸੀਂ ਆਪਣੀ ਆਕਸੀਜਨ ਸੈਚੂਰੇਸ਼ਨ ਲੈਵਲ ਮੋਨੀਟਰ ਨਹੀਂ ਕਰਦੇ ਨਾਰਮਲ ਹੁੰਦਾ ਕਿ ਇੱਕ ਸਿੰਪਲ ਜੀ ਡਿਵਾਈਸ ਆਉਂਦੀ ਹੈ ਪਲਸ ਆਕਸੀਮੀਟਰ ਮੈਂ ਕਹਿੰਦਾ ਸਭ ਨੂੰ ਉਹ ਲੈ ਕੇ ਐਟਲੀਸਟ ਆਪਣੀ ਸੈਚੂਰੇਸ਼ਨ ਮੇਜਰ ਕਰੋ ਅਗਰ ਤੁਹਾਡੀ ਸੈਚੂਰੇਸ਼ਨ 92-93 ਤੋਂ ਥੱਲੇ ਜਾ ਰਹੀ ਹੈ ਤੁਸੀਂ ਇਮੀਡੀਏਟਲੀ ਆਪਣੇ ਡਾਕਟਰ ਨੂੰ ਕੰਟੈਕਟ ਕਰਨਾ ਹੈ ਆਪਣੇ ਫੈਮਿਲੀ ਫਿਜ਼ੀਸ਼ੀਅਨ ਨੂੰ ਕੰਟੈਕਟ ਕਰਨਾ ਹੈ ਜੇ ਫੀਵਰ ਨਹੀਂ ਉਤਰਦਾ 102 ਤੋਂ ਉੱਪਰ ਫੀਵਰ ਆ ਰਿਹਾ ਹੈ ਤੁਸੀਂ ਕਰੋਸਿਨ ਖਾਏ ਜਾ ਰਹੇ ਹੋ ਫਿਰ ਵੀ ਆਏ ਜਾ ਰਹੇ ਹੈ ਇਮੀਡੀਏਟਲੀ ਤੁਸੀਂ ਆਪੇ ਇਲਾਜ ਨਹੀਂ ਕਰਨਾ ਆਪਣੇ ਡਾਕਟਰ ਨੂੰ ਕੰਟੈਕਟ ਕਰਨਾ ਹੈ ਠੀਕ ਠੀਕ ਸਭ ਕੁਝ ਡਾਕਟਰ ਨੂੰ ਪੁੱਛ ਕੇ ਕਰਨਾ ਡਾਕਟਰ ਦੀਪਤੀ ਮੈਂ ਤੁਹਾਨੂੰ ਪੁੱਛ ਰਿਹਾ ਸਰ ਵੈਸੇ ਡਾਕਟਰ ਨੂੰ ਸਵਾਲ ਪੁੱਛਣਾ ਮੇਰਾ ਹੱਕ ਨਹੀਂ ਹੈਗਾ ਪਰ
सर सिर्फ असी स्टेरॉयड्स जां एंटीबायोटिक तक सीमित नहीं मैं रहना चाहुंदा का जिहड़ा अर्थचारा सर माली हालत तो लोगों की सर वो पतली हो चुकी है तो मैनू ये पता सर हुण करोना काल दे जिहड़े जे तुसी लोग इत्थे बह के फंगस की गल करते पे हो सर आने वाले समय में डिप्रैशन की गल भी करोगे डॉक्टर दीप्ति मैं गलत कह रहा तो सर मैं करैक्ट कर दिओ प्लीज़ तीसरा पड़ा आर्थिक होने बाद चौथा पड़ा जो है ना वो मानसिक मतलब की रोगों का होंगे है एक गल पक्की हैगी है ये चार पड़ा जो ने चार कर्म आदियां है तो तुम हूँ भी किसी भी सिकैट्रिस्ट के कोल पता करके देख लो उन्होंने वार्ड भरे हुए हैं उन्होंने ओपीडी पेशेंट जो ने बहुत ज़्यादा आ रहे हैं ना डर जो है जो डर अभी पिछले डेढ़ साल तो हटा रहे हैं ये डर जो है अपने आप के क्रोनिक चीज़ होंगी है इनका असर बहुत लंबा रहता है तो बहुत देर बाद देखने को मिलता है ये बिल्कुल सही गल हैगी है पर असी मतलब कि ना देख लो साड़ी रिंग टोन जी हैगी है वो सुचेत घट करती है डरानी वध हैगी है सानू उन्दे बारे भी मतलब कि ध्यान ना देखने की लोड़ हैगी है सुप्रीम कोर्ट ने भी गल कही हैगी है भी तुसी अपनी रिंग टोन जी हैगी ना इन थोड़ा जिहा सुधारो या इन बंद ही करो इनकी कोई लोड़ नहीं हैगी जी रोज थोड़ी सवेर आती है भी जो मैं बैठ के जो मेहमान गल करदा
जो सा दर्शक सुनता हों कहता कि इतने बह के स्टूडियो बह के बहुत सौखा हों ए सी स्टूडियो में बह के भाषण देना गल करनी वो कहते तो घर चार छिलड़ आते हो चंगी गल कर लें अं तो भाई डिप्रैशन चाह की करिए साढ़े घर तो रोटी नहीं पकती पी उन्होंने की जवाब देवगा डॉक्टर दी अनाज नहीं है डॉक्टर बलबीर सिंह सर जदों एक करोना काल शुरू हुंदा देश दे विच उस तो बाद देश लॉकडाउन वाल वध जांदा करफ्यू लगते है पुलिस है जिहड़ी पहरे दिंदी है हुण कहा जा रहा ठीकरी पहरे दो सर इस दे विचाले जिहड़ियां होर बीमारियां नाल लोक सीगे उन्हां बारे सवाल आउण लग पिया कि बाकी बीमारियां खत्म हो गईयां देश विच सर उन्हां बीमारियां दे संदर्भ विच मैं सवाल कर रहा सर जे उन्हां बीमारियां दा उदों असीं ध्यान नहीं रख्या ते अज ब्लैक फंगस दे रूप विच असीं देख रहे हैं डॉक्टर बलबीर सिंह इहनूं इस तरीके मान के चलां जां नहीं बिल्कुल 100% जी मैं तो पहले कह गया भी साढ़े जेडे 70% पॉपुलेशन है उन्होंने कोई मेडिकल सर्विस अवेलेबल नहीं है थोड़ा पहला क्वेश्चन बहुत रेलेवेंट सीगा मैं दो चार गल्लां उहदे बारे कहना चाहुंदा जदों किसी बंदे नूं करोना हुंदा है ते क्योंकि मैनूं खुद नूं भी होया ते उहदी फर्स्ट थॉट की हुंदी है कि जे मैं सीरियस हो गया कि मैनूं बैड मिलेगा कि मैनूं ऑक्सीजन मिलेगी कि मैनूं एंटीवायरल ड्रग मिलेगी ते जो ओह टीवी ते व्हाट्सएप ते देखदा 80-90% बंदे नूं एक्यूट एंजाइटी हुंदी है और 50-60% बंदे एक्यूट डिप्रेशन विच चले जांदे हैं तो जिस तरह चोर ते सप दे मतलब ना सप दे वड्डण नाल ज्यादा बंदे नहीं डरदे मरदे उहदे डर नाल मरदे आ चोर एक हुंदा ते पूरे दा पूरा महल्ला पैरालाइज हो जांदा एक चोर दे उत्तों ते इसे तरह करोना हैगा क्योंकि लोकां दा बिल्कुल फेथ नहीं है गवर्नमेंट दे सरकारी तंत्र दे विच अपने सेहत दे तंत्र दे विच ਤੇ ਉਹ ਡਰ ਦੇ ਨਾਲ ਜ਼ਿਆਦਾ ਜਿਹੜੇ ਬੰਦੇ ਆ ਪੈਨਿਕ ਰਿਐਕਸ਼ਨ ਕਰਕੇ ਸੋ ਉਹਦੇ ਗੋ ਟੂ ਆਰਐਮਪੀ ਦੇ ਟ੍ਰਾਈ ਆਲ ਦਾ ਥਿੰਗਸ ਜੋ ਵੀ ਅਵੇਲੇਬਲ ਹੈ ਠੀਕ ਸੋ ਇਸ ਕਰਕੇ ਫਿਰ ਜੋ ਗੱਲਾਂ ਡਾਕਟਰ ਪੁਰੀ ਨੇ ਕਿਹਾ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਲਿਖ ਦਿਓ ਨੋਟ ਕਰ ਲਓ ਤੇ ਉਹਦੇ ਵਿੱਚ ਇੱਕ ਅੱਧੀ ਜਿਹੜੀ ਗੱਲ ਹੈ ਵੀ ਹਾਂ ਉਹਦੇ ਵਿੱਚ ਮੈਂ ਖੁਦ ਕੀਤੀ ਆ ਪ੍ਰੋਨ ਪੋਜੀਸ਼ਨਿੰਗ ਦਾ ਬਹੁਤ ਰੋਲ ਹੈ ਪ੍ਰੋਨ ਪੋਜੀਸ਼ਨਿੰਗ ਦੇ ਨਾਲ ਕਰੋ ਠੀਕ ਗਰਮ ਪਾਣੀ ਦੀ ਭਾਫ ਲਓ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਇਹ ਕਹੂੰਗਾ ਕਿ ਮੈਡੀਟੇਸ਼ਨ ਜ਼ਰੂਰ ਕਰੋ ਠੀਕ 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 ਆਪਣੇ ਮਨ ਨੂੰ ਇੱਕ ਆਪਣੇ ਮਨ ਦੇ ਵਿੱਚ ਪੋਜ਼ਿਟਿਵਿਟੀ ਆਪਣੇ ਅੰਦਰ ਇੱਕ ਪੋਜ਼ਿਟਿਵਿਟੀ ਲਿਆਉਣ ਦੀ ਕੋਸ਼ਿਸ਼ ਕਰੋ ਮਤਲਬ ਇੱਥੋਂ ਤੱਕ ਕਿ ਮੇਰਾ ਬੇਟਾ ਪੈਨਿਕ ਕਰ ਗਿਆ ਕਿ ਆਪਾਂ ਨੂੰ ਸਾਰਿਆਂ ਨੂੰ ਕਰੋਨਾ ਹੋ ਗਿਆ ਤੇ ਆਪਾਂ ਮਤਲਬ 7.5 ਲੱਖ ਰੁਪਏ ਤੱਕ ਜਿਹੜਾ ਆਕਸੀਜਨ ਕਰ ਸਕਦੇ ਠੀਕ ਠੀਕ ਹੈ ਆਈ ਟੋਲਡ ਹਿਮ ਸਟ੍ਰਿਕਟਲੀ ਬੇਟੇ ਕਿ ਨਹੀਂ ਲੈਣਾ ਬਟ ਯੂ ਕੈਨ ਇਮੇਜਿਨ ਕਿ ਜਿਹੜਾ ਬੰਦਾ ਲੇਮੈਨ ਹੈ ਜਿਹੜਾ ਉਹ ਆਪਣੇ ਆਪਣੀ ਕੋਈ ਚਾਹੇ ਕਾਰ ਵੇਚ ਕੇ ਉਹ ਆਕਸੀਜਨ ਕਨਸੈਂਟਰੇਟ ਦੇਗਾ ਕਿਉਂਕਿ ਗਵਰਨਮੈਂਟ ਦਾ ਜਿਹੜਾ ਤੰਤਰ ਹੈ ਉਹ ਫੇਲ ਹੋਇਆ ਠੀਕ ਮੈਂ ਉਹਨਾਂ ਕਹਿੰਦਾ ਬੇਟੇ ਐਨਾ ਕਿਤਾ ਮਾਣ ਹੈਗਾ ਤੇਰੇ ਪਿਓ ਨੇ ਐਨਾ ਕੰਮ ਕੀਤਾ ਵੀ ਆਪਾਂ ਨੂੰ ਆਕਸੀਜਨ ਸਿਲੰਡਰ ਮਿਲ ਜਾਏਗਾ ਚਲੋ ਲੇਕਿਨ ਆਈ ਕੁਡ ਰੀਸ਼ੋਰ ਮਾਈ ਸਨ ਬਟ ਆਈ ਕੈਨ ਨਾਟ ਰੀਸ਼ੋਰ ਦਾ ਮਾਸਟਰ ਆਈ ਐਮ ਵੈਰੀ ਸੌਰੀ ਟੂ ਸੇ ਆਫਟਰ ਸਰ ਸੋ ਮਨੀ 74 ਸਾਲ ਬਾਅਦ ਆਜ਼ਾਦੀ ਦੇ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਉਹਨੂੰ ਆਕਸੀਜਨ ਮਿਲੇਗੀ ਕਿ ਉਹਨੂੰ ਬੈੱਡ ਮਿਲੇਗਾ ਔਰ ਨਹੀਂ ਮਿਲ ਰਿਹਾ ਠੀਕ ਐਮਐਲਏ ਨੂੰ ਨਹੀਂ ਮਿਲ ਰਿਹਾ ਆਪਾਂ ਦੇਖਦੇ ਹਾਂ ਟੀਵੀ ਦੇ ਉੱਤੇ ਬਿਲਕੁਲ ਬਿਲਕੁਲ ਗਵਰਨਮੈਂਟਸ ਨੂੰ 1.5 ਸਾਲ ਦੇ ਬਾਅਦ ਵੀ ਜੇ ਹਾਲਤ ਹੈ ਲੌਕਡਾਊਨ ਜਿਹੜਾ ਹੈਗਾ This is a wrong treatment. This is a very bad treatment. उपर उठ के गल कही है कि लॉकडाउन समस्या का हल नहीं है मैं वेलकम कर रहा डॉक्टर बलबीर वेलकम कर रहा सर वेलकम कर रहा है लॉकडाउन के बड़े सवाल है छोटा ब्रेक लवेंगे ब्रेक तो वापस ठीक है ठीक ठीक है आखिरी हिस्से में असं होवे अभी तो डिप्रैशन की गल कर रहे हैं तो तनाव की गल कर रहे हैं कितने इस सिस्टम में चलाने वाले कितने वो तनाव तो नहीं है कि तनाव मैं इस करके कह रहा कि वो फैसले आप लै रहे हैं ज मैडिकल साइंस के मुताबिक लै रहे हैं ज डर करके लै रहे हैं कितने वो डरे हुए तो नहीं मेरा तो सवाल यही है वापस आ रहा
एक फिर थोड़ा स्वागत करते हैं करोना का फंगस का की करेगा इंडिया। असं वड़ा सवाल इको पूछ रहे हैं करोना काल फंगस तो बचाने लिए देश का सेहत सिस्टम कितना तंदुरुस्त है। डॉक्टर बलवीर सिंह सर एक सवाल का जवाब दे दो कृपा करके मैनू, उस तो बाद मैं बाकी बीमारा को जाऊँगा फिर चर्चा समाप्त करनी है। साडा सिस्टम है जिहड़ा साडियां सरकारां जिहड़ा इस सिस्टम नूं चला रही हैं सर वो कितने डरिया तो नहीं हुई ज डर करके फैसले तो नहीं लै रही कितने कल डिप्रैशन तो नहीं चले जाएंगे? ਮੈਨੂੰ ਲੱਗਦਾ ਡਰ ਨਾਲੋਂ ਜ਼ਿਆਦਾ ਡਿਟੈਚਡ ਹੈ ਉਹ ਗਰਾਊਂਡ ਰਿਐਲਿਟੀਜ਼ ਦੇ ਉੱਤੋਂ। ਇੱਕ ਤਾਂ ਜਿਹੜੀਆਂ ਸਾਰੀਆਂ ਗਵਰਨਮੈਂਟ ਹੈ ਦੇ ਐਟ ਲੀਸਟ ਨੀਡ ਟੂ ਵਰਕ ਟੂਗੈਦਰ, ਮਤਲਬ ਚਾਹੇ ਸਟੇਟ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਜਾਂ ਮਿਊਨਿਸਪੈਲਿਟੀ ਹੈ, ਇਵਨ ਜਿਹੜੀਆਂ ਆਸ ਪਾਸ ਦੀਆਂ ਦੂਜੀਆਂ ਕੰਟਰੀਜ਼ ਹੈ ਜਾਂ ਗਲੋਬਲ ਕਮਿਊਨਿਟੀ ਹੈ ਦੇ ਨੀਡ ਟੂ ਵਰਕ ਟੂਗੈਦਰ। ਕਿਉਂਕਿ ਪਹਿਲਾਂ ਜੇ ਆਪਾਂ ਸਮਾਲ ਪੌਕਸ ਨੂੰ ਐਰੇਡੀਕੇਟ ਕੀਤਾ ਜਾਂ ਪੋਲੀਓ ਨੂੰ ਐਰੇਡੀਕੇਟ ਕੀਤਾ ਤੇ ਇਵਨ ਐਟ ਦਾ ਹਾਈਟ ਆਫ ਕੋਲਡ ਵਾਰ ਚਾਈਨਾ ਔਰ ਜਿਹੜੇ ਅਮਰੀਕਾ ਸੀਗੇ ਉਹਨਾਂ ਨੇ ਚਾਹੇ ਯੂਐਨ ਦੇ ਥਰੂ डॉक्टर बलवीर कह रहे यूनिटी होनी चाहिए है सर तीन चीजा इकट्ठे हो जाएगी तो सर सारा डर खत्म हो सकता है। बिल्कुल ठीक गल है, यूनिटी मतलब वही है जो तुम एक दूजे का साथ देंगे हो। मैं मतलब की कहना कि मतलब जो लोग है इन्ने डरे हुए कि कितने जा नहीं सकते, मान लो जा नहीं सकते घट्टो घट्ट टैलीफोन कर सकते हो, आप उसके संपर्क बना के रखना, लोगों को हौसला देना, मतलब कि यह अपने आप एक बहुत जरूरी है। तो इस करके भी यूनिटी होगी उनके नाल इम्यूनिटी बढ़ेगी, दोनों का आपस में रोल है। कल यूनिटी खान पीन नाल नहीं बनती, आपस में सोशल रिलेशनशिप एक बहुत बड़ा इंपॉर्टेंट फैक्टर है जिंदे नाल थोड़ी इम्यूनिटी बनती हैगी है। तो इस करके इम्यूनिटी से जी है यूनिटी ये अपने आप में दो इंपॉर्टेंट फैक्टर है। इस करके मतलब कि सानू इस वक्त मतलब जो बिल्कुल सही गल की है भी डॉक्टर ने अके लिया की गल, तुम देख लो पूरा 1.5 साल हो गया, पोलीटिशियन या ब्यूरोक्रेट्स जो ने सामने आ गल कर रहे हैं, उ निर्देश दे रहे हैं। तो देखो भी वैक्सीन लाने वास्ते जे थानू मतलब पोलीटिशियन कहे तो फिर क्यों लवाऊगा, जे डॉक्टर कहूगा फिर लोग भज के लवाएंगे। साढ़े को तजर्बा है इन्ने लंबे साल का, बच्चे जोड़े ने साडे को उन्होंने मावं बच्चे उन्होंने प्यो बच्चे लैके आते हैं, लाइना च लगते हैं, पैसे भी दे रहे हैं, पर हूँ तुम देखो विश्वास नहीं है झिझक हैगी है, ये झिझक क्यों हैगी है? इस करके कि पोलीटिशियन के ब्यूरोक्रेट्स अगे आए हुए हैं साढ़े, जरा देखो भी साडा जरा हैल्थ मिनिस्टर देश का कुदरती डॉक्टर है, पर उनकी भी तुम देख लो भी उनकी पेशकारी किन्नी बारी हुई है सर। तो पंजाब की जो गल करिए मैंने लगता कोई भी डॉक्टर किसी भी लैवल का डायरेक्टर तो लैके साथ को दो डिपार्टमेंट ने डायरेक्टर हेल्थ एजुकेशन है डायरेक्टर हेल्थ सर्विसेज है, कोई भी डायरेक्टर सिविल सर्जन ने इन्हें सारे सारे हरेक जिले तक 22-23 सिविल सर्जन ने और नोडल अफसर ने डायरेक्टर डायरेक्टोरेट भरिया पाया है कि किसी को कोई सियाणा बंदा नजर नहीं आया जिहड़ा ये आगे गल करे अपने नाल बिठा लैन। ठीक ठीक इंडिपेंडेंट ना बोलना दो क्रू तुम नाल बिठा लो, तुम अपनी गल अपनी जी है लोगों के अपनी गल करो कि असं इवें इंप्लीमेंट करा ठीक ठीक है। डॉक्टर दीप्ति सर एक सवाल सर लेमैन का सवाल है सर, पता नहीं ये सवाल मैं पूछना चाहिए नहीं पूछना चाहिए पर पूछना मैं पै रहा सर। डॉक्टर दीप्ति जो आप पहला मिलते होंगे करोना काल तो पहला सारे ही आपस अभी हाथ मिलाते हक करते सर, हुण हाथ मिलाने तो ही मनाई है हक करने तो ही मनाई है कि इहदे नाल भी असीं डिप्रैशन चले जावे क्योंकि साढ़े च दूरी बहुत वध चुकी है सर? नहीं बिल्कुल ठीक है, देखो जी मैं गल कर रहा हैप्पीनेस दे ना चार हारमोन ने साडी बॉडी दे विच, चार हारमोन मैं ना लै सकदा, सेरोटोनिन है, एंडोरफिन हैगा, ऑक्सीटोसिन हैगा, ये पैदा ही तां हुंदे ने जदों असीं हत्थ मिलांदे आ एक दूजे नूं गलवक्कड़ विच लैंदे हैगे आ, ये हारमोन पैदा ही उदों हुंदे आ, खुशी दे हारमोन हैगे ने ते खुशी दे हारमोन इस तरह पैदा हुंदे आ। ये ठीक है कि हुण एक समां हैगा वी इह सानूं इस तों परहेज करना पऊगा, पर यह है कि असीं उहनूं उह तोड़ीए ना कि जदों भी मिलीए घट्टो घट्ट उदों जरूर हत्थ पाईए ते इक दूजे नूं गलवक्कड़ी च लईए, ये जरूरी हैगा, उह माहौल बणा के रखणी पऊगी। ठीक डॉक्टर पुरी सर वो खुशी का मौका कदों आऊगा सर जदों मैं तुहाडे नाल हाथ भी मिला सकता तुहाडे नाल गलवक्कड़ी भी पा सकता तो दो चार गल्लां कोले बह के भी कर सकता सर? मैं तो हुण दूरों दूरों गल्लां करदा, मैं चाहुंदा तुसीं लोग स्टूडियो च आके मेरे नाल गलबात करो पर रिस्ट्रिक्शन इन्नियां कि है कि मास्क पाए बिना गल नहीं कर सकते, एक दूजे का चेहरा देखना देखना तो बहुत दूर हो गया सर। ये सर ये जिहड़ा वर्चुअल मीडिया है ये भी सानूं परेशान कर रहा, वर्चुअल लाइफ भी सानूं परेशान करती पी है। डॉक्टर पुरी देखो जी लास्ट जाते जाते दो चीज़ा मैं जरूर दसागा, एक तो असी सैकेंड वेव के मिड विच हैं, मोस्ट प्रॉब्ली अगले दो महीने सैकेंड वेव खत्म हो जाएगी, थर्ड वेव के आने की पूरी पूरी आशंका है
स्पैनिश फ्लू विच भी होया सी, हम भी होएगा। सो सानूं दो गल्लां याद रखनियां ने अगर असीं सानूं बचना इस तों। पहला चीज, वैक्सीन जरूर लानी है, वैक्सीन जरूर लानी है, वैक्सीन ही सानूं कढेगी। दूसरा तुहाडी तो दूसरी गल है कोविड अप्रोप्रिएट बिहेवियर 2021 विच ते बिल्कुल नहीं जाएगा। तुसीं मास्क पा के रखना है, डबल मास्क पाना है, मास्क नक दे उपर रखना है, 2 फीट की डिस्टेंस रखनी है, हाथ धोंदे रहना है, गैदरिंग्स अवॉइड करनिया ने। एक समा आएगा असीं वापस मिलांगे, एक दूसरे नूं हग भी करांगे, हाथ भी मिलावांगे, लेकिन हुणे समा इस चीज़ दा है कि असीं इस महामारी तों बीमारी तों निकलीए ते थोड़ा सक्सेसफुल होइए। दो चीज़ां, कोविड अप्रोप्रिएट बिहेवियर, कोविड संयम ते वैक्सीन, इन दोनों चीज़ों का प्लीज़ ध्यान रखो। एक सर होर मेरा सवाल है डॉक्टर पुरी, पता नहीं ये सवाल का जवाब तुम देना चाहोगे कि नहीं। सर सानू ये वड्डे वड्डे ऐलान जाके कितने भी नहीं करने चाहिए, चाहे वो असी किसी विदेश में बैठे हुईए चाहे देश में बैठे हुईए, कि असी विश्व गुरु बन गए, असी जित गए, जो तक असी इन बारे कन्फर्म ना हो जाइए। डॉक्टर पुरी, अगर असी विश्व गुरु बनना है तो सानू फिर विश्व गुरु दा करके भी दिखाना पेगा। साडा सिस्टम जेड़ा है हुने गियर्ड अप नहीं है विश्व गुरु बनने, ए नहीं मैं कहंदा कि असी बन नहीं सकते, पर फिर नीयत होनी चाहिदी ते सारी पार्टियां नू, सारे पॉलिटिशियंस नू, डॉक्टर्स नू मिल के काम करना पेगा ते हेल्थ स्ट्रक्चर नू सब तो पहली श्रेणी विच रखना पेगा, दसवीं वीवी श्रेणी विच नहीं। डॉक्टर पुरी सीधे शब्दों में कह दो ना कि डॉक्टर नू गुरु मनना पऊगा तां ही विश्व गुरु बन सकते हैं। ਤੁਸੀਂ ਮੇਰੀ ਗੱਲ ਕਹਿਤੀ ਹੈ। ਹਾਂ ਡਾਕਟਰ ਦੀਪਤੀ, ਇਹੀ ਕਹਿਣਾ ਚਾਹ ਰਹੇ ਹੋ ਤੁਸੀਂ ਵੀ ਸਰ, ਜੇ ਸਾਡਾ ਹੈਲਥ ਸਿਸਟਮ ਠੀਕ ਹੋਊਗਾ ਤਾਂ ਹੀ ਸਾਡੇ ਸਾਰੇ ਸਿਸਟਮ ਠੀਕ ਹੋਣਗੇ। ਦੇਖੋ ਗੱਲ ਆਪਾਂ ਜੀ ਜੇ ਮਰਜ਼ੀ ਕਰੀਏ, ਹੈਲਥ ਤੇ ਐਜੂਕੇਸ਼ਨ ਦੋ ਮਤਲਬ ਕੀ ਕੋਕਸ ਹੈਗੇ ਆ ਜਿਹਨਾਂ ਦੇ ਇਰਦ ਗਿਰਦ ਸਾਰੀ ਗੱਲ ਚੱਲਣੀ ਚਾਹੀਦੀ ਹੈ। ਹੈਲਥ, ਅਸੀਂ ਹੈਲਥ ਐਜੂਕੇਸ਼ਨ ਕਿੱਦਾਂ ਵੀ ਇਸਤੇਮਾਲ ਕਰਦੇ ਹਾਂ, ਹੁਣ ਜਿਹੜੀ ਗੱਲ ਕਰ ਰਹੇ ਜਾਣਕਾਰੀ ਦੀ, ਉਹ ਹੈਲਥ ਐਜੂਕੇਸ਼ਨ ਹੀ ਹੈ। ਜੋ ਤੁਸੀਂ ਕਰ ਰਹੇ ਹੋ ਉਹ ਹੈਲਥ ਐਜੂਕੇਸ਼ਨ ਹੀ ਕਰ ਰਹੇ ਹੋ, ਲੋਕਾਂ ਨੂੰ ਸਮਝਾਉਣਾ ਹੈਲਥ ਐਜੂਕੇਸ਼ਨ ਹੀ ਹੈਗਾ। ਚਲੋ, ਇਸ ਕਰਕੇ ਹੈਲਥ ਐਜੂਕੇਸ਼ਨ ਤੇ ਹੀ ਸਾਨੂੰ ਜ਼ੋਰ ਦੇਣਾ ਪਊਗਾ। ਡਾਕਟਰ ਬਲਵੀਰ, ਹੈਲਥ ਤੇ ਐਜੂਕੇਸ਼ਨ ਤੇ ਸਾਨੂੰ ਫੋਕਸ ਕਰਨਾ ਪਊਗਾ ਤਾਂ ਹੀ ਇੰਡੀਆ ਅੱਗੇ ਵੱਧ ਸਕਦਾ, ਤਾਂ ਹੀ ਵਿਸ਼ਵ ਗੁਰੂ ਬਣ ਸਕਦਾ। ਦੇਖੋ ਤਿੰਨ ਚੀਜ਼ਾਂ ਹੁੰਦੀਆਂ, ਇਨਫੋਰਮੇਸ਼ਨ, ਐਜੂਕੇਸ਼ਨ ਐਂਡ ਕਮਿਊਨੀਕੇਸ਼ਨ, ਤਿੰਨੇ ਕਰਨੇ ਪੈਣਗੇ। ਲੋਕਾਂ ਨੂੰ ਸਹੀ ਸੂਚਨਾ ਦੇਣਾ ਔਰ ਜਿਹੜਾ ਉਹਨਾਂ ਨੂੰ ਉਹਦੇ ਬਾਰੇ ਸਮਝਾਉਣਾ ਬਝਾਉਣਾ ਔਰ ਉਹਨੂੰ ਕਿਵੇਂ ਇਫੈਕਟਿਵਲੀ ਉਸ ਆਮ ਬੰਦੇ ਦੀ ਭਾਸ਼ਾ ਦੇ ਵਿੱਚ ਉਹਨਾਂ ਦੀਆਂ ਕਲਚਰਲ ਜਿਹੜੀਆਂ ਹੈਗੀਆਂ ਸੈਂਸਿਟੀਵਿਟੀ ਉਹਨੂੰ ਦੇਖ ਕੇ ਉਹ ਆਪਣਾ ਮੈਸੇਜ ਉਹਨਾਂ ਤੱਕ ਪਹੁੰਚਾਉਣਾ। ਸਤਿਅਮ ਸ਼ਿਵਮ ਸੁੰਦਰਮ ਵੀ ਕਹਿੰਦੇ ਅਸੀਂ, ਜੇ ਅਸੀਂ ਸਾਡਾ ਮੈਸੇਜ ਸਹੀ ਹੋਏਗਾ, ਲੋਕਾਂ ਨੂੰ ਲੱਗੇਗਾ ਕਿ ਸਾਡਾ ਇਹਦੇ ਵਿੱਚ ਭਲਾ ਆ ਤਾਂ ਉਹ ਅਡੋਪਟ ਕਰਨਗੇ। ਕਦੇ ਵੀ ਡੰਡੇ ਦੇ ਨਾਲ ਕੋਈ ਚੇਂਜ ਨਹੀਂ ਆਉਂਦੀ, ਸੋ ਇਹ ਜਿਹੜਾ ਡੰਡਾ ਤੰਤਰ ਹੈ, ਪੁਲਿਸ ਵਾਲੀ ਅਪਰੋਚ ਹੈ, ਉਹਨੂੰ ਛੱਡਣੀ ਪਏਗੀ। ਔਰ ਇੱਕ ਜਿਹੜੀ ਇਨਫੋਰਮੇਸ਼ਨ, ਐਜੂਕੇਸ਼ਨ, ਕਮਿਊਨੀਕੇਸ਼ਨ, ਜਿਹੜੀ ਕਿ ਜਾਣਕਾਰੀ ਵਾਲਾ ਰੂਟ ਹੈ, ਉਹ ਅਡੋਪਟ ਕਰਨਾ ਪਏਗਾ। ਆਪਾਂ ਬਹੁਤ ਜਲਦੀ ਇਹਦੇ ਤੇ ਕਾਬੂ ਪਾ ਲਾਂਗੇ। ਚਲੋ, ਬਹੁਤ ਧੰਨਵਾਦ। ਬਹੁਤ ਵੱਡੀਆਂ ਵੱਡੀਆਂ ਦੁਸ਼ਵਾਰੀਆਂ ਤੇ ਇਨਸਾਨ ਨੇ, ਚਾਹੇ ਪਹਿਲਾਂ ਪਲੇਗ ਹੁੰਦੀ ਸੀ, ਕੋਲਰਾ ਹੁੰਦਾ ਸੀ, ਸਮਾਲ ਪੌਕਸ ਹੁੰਦੀ ਸੀ, ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ, ਉਹਦੇ ਉੱਤੇ ਜਿਹੜੀ ਹਿਊਮਨ ਸਪਿਰਿਟ ਹੈ ਉਹ ਭਾਰੀ ਪਈ ਹੈ ਤੇ ਹੁਣ ਵੀ ਭਾਰੀ ਪਏਗੀ। ਚਲੋ, ਤੇ ਉਹਦੇ ਵਿੱਚ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਨੂੰ ਇੱਕ ਫੈਸਿਲੀਟੇਟਰ, ਇੱਕ ਦੋਸਤ ਦੇ ਤੌਰ ਤੇ, ਇੱਕ ਐਜੂਕੇਟਰ ਦੇ ਤੌਰ ਤੇ ਆਪਣਾ ਜਿਹੜਾ ਉਹਦਾ ਸਹੀ ਇਲਾਜ ਲੋਕਾਂ ਨੂੰ ਪ੍ਰੋਵਾਈਡ ਕਰਕੇ बहुत धन्यवाद डॉक्टर बलवीर सिंह, डॉक्टर हर्षवर्धन पुरी बहुत धन्यवाद, डॉक्टर श्याम सिंह दुती बहुत धन्यवाद। सारे मेहमानों का अभी बड़ा धन्यवाद करते हैं, इन्होंने आपकी आपकी राय रखी है, आपके एक्सपीरियंस शेयर किए हैं, पर कुल मिला के मैं अखीर में यह गल जरूर कहूँगा कि इस सारी टेंशन के दौर में कितने हैप्पीनैस ना भुल जियो, खुश रहा करो। कैमरे तो बाद मैं भी बड़ा खुश रहना, इतने मैं घट हसदा क्योंकि थोड़े संजीदगी वाले सवाल है मैंने पूछने पैंदे है, पर कोशिश करया करो, खुश रहोगे तो बीमारियां घट लगनगियां, जे खुश नहीं रहोगे तो बीमारियां ज़्यादा लगनगियां। वैसे जिहड़ा साडा सिस्टम है, हैल्थ सिस्टम है, वह सानू खुश रहन नहीं दे रहा, इहदे विच कोई शक नहीं हैगा, पर आपदे आप नू खुश रखने लई तुसीं उपराले कर सकते हो, वह उपराले जरूर करया करो, तो वट्सएप यूनिवर्सिटी दे विचाले परहेज करया करो कि कहड़ी चीज़ तुसीं जिंदे बारे श्योर हो उही फारवर्ड करियो, तो जे तुसीं उस तो भी संकोच करके तुहाडे ते टेंशन, तुहाडे ते दबाव होर घटेगा, तो जिहड़ी प्रिकॉशन है कि उसका इस्तेमाल करो। ब्लैक फंगस छूत की बीमारी नहीं हैगी, जे ब्लैक फंगस वाले मरीज कोले भी तुसीं बैठे हो तो फंगस तुहानूं नहीं लग सकती, कि करोना लाग की बीमारी है, छूत की बीमारी है, वह तुहानूं लग सकती है। इसलिए बचा रखो, सावधानी रखो, तो साढ़े सेहत सिस्टम से सवाल अजे बाकी है, वह मैं जरूर करता रहूँगा। बहुत धन्यवाद।